ਵੈਰੀ ਗੁੱਡ ਮਾਰਨਿੰਗ ਸਟੂਡੈਂਟਸ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਸਵਾਗਤ ਕਰਦਾ ਜੀ ਅਮਨ ਬੰਸਲ ਅੱਜ ਦੇ CDP ਕੋਰਸ ਦੇ ਅੰਦਰ, ਜਿਹਦੇ ਵਿੱਚ ਆਪਣਾ ਅੱਜ ਦਾ ਜਿਹੜਾ ਟੋਪਿਕ ਹੈਗਾ ਜੀ ਇੰਟੈਲੀਜੈਂਸ ਟੋਪਿਕ ਹੈ। ਅਤੇ ਇੰਟੈਲੀਜੈਂਸ ਦੀ ਆਪਾਂ ਨੂੰ ਪਤਾ ਜਿਹੜਾ ਬਹੁਤ ਸਾਰੀਆਂ ਥਿਊਰੀਜ਼ ਆਪਾਂ ਨੂੰ ਪੁੱਛੇ ਜਾਂਦੇ ਆ, ਚਾਹੇ ਉਹ ਸਪੀਅਰਮੈਨ ਦੇ ਨਾਲ ਰਿਲੇਟਡ ਪੁੱਛੀ ਜਾਵੇ, ਚਾਹੇ ਉਹ ਡਾਕਟਰ ਗਾਰਡਨਰ, ਜਿਹੜੀ ਆਪਾਂ ਇੱਕ ਥਿਊਰੀ ਸੀ ਬੇਸਿਕ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਸ਼ੋਰਟਕੱਟ ਬਾਰੇ, ਕਿ ਉਹ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ, ਜਾਂ ਟੈਸਟ ਬਣਿਆ ਕਿਵੇਂ, IQ ਕਿਸ ਤਰੀਕੇ ਨਾਲ ਹੋਈ, ਜਾਂ ਟ੍ਰਾਈਕਿਕ ਥਿਊਰੀ ਕੀ ਹੈ, ਜਾਂ ਵੈਸ਼ਲਰ ਸਕੇਲਸ ਕੀ ਹੈ। ਬਹੁਤ ਸਾਰੇ ਇੱਦਾਂ ਦੇ ਪੁਆਇੰਟ ਜਿਹੜੇ ਤੁਸੀਂ ਆਪਦੀ ਗ੍ਰੈਜੂਏਸ਼ਨ ਦੇ ਵਿੱਚ ਵੀ ਸਟੱਡੀ ਕੀਤੇ ਹੋਣਗੇ, ਜਾਂ ਕਈਆਂ ਨੇ ਨਹੀਂ ਵੀ ਕੀਤੇ, ਦੋਵਾਂ ਚੀਜ਼ਾਂ ਨੂੰ ਮੰਨ ਕੇ ਚੱਲਦਾ ਮੈਂ ਤਾਂ, ਕਿ ਕਈਆਂ ਨੇ ਪੜ੍ਹਿਆ ਹੋ ਸਕਦਾ, ਕਈਆਂ ਨੇ ਨਹੀਂ ਪੜ੍ਹਿਆ ਹੋ ਸਕਦਾ। ਉਹੀ ਐਕਟਿਵ ਵਰਸਿਸ ਪੈਸਿਵ, ਕਈਆਂ ਨੇ ਐਕਟਿਵਲੀ ਉਸਨੂੰ ਧਿਆਨ ਦਿੱਤਾ ਹੋਏਗਾ, ਜਾਂ ਪੈਸਿਵਲੀ ਕੀ ਜਿਹੜਾ ਕਰਾਇਆ ਬਸ ਉਹੀ ਕੀਤਾ। ਐਗਜ਼ਾਮ ਪੁਆਇੰਟ ਆਫ ਵਿਊ ਜਦੋਂ ਵੀ ਲਿਖਿਆ ਜਾਂਦਾ ਥਿਊਰੀ, ਬਸ ਸਿਰਫ ਇੰਟੈਲੀਜੈਂਸ ਉੱਤੇ ਜਿਹੜਾ ਪੁਆਇੰਟ ਹੁੰਦਾ ਮੈਨਸ਼ਨ ਹੁੰਦਾ, ਜਿਵੇਂ ਕਿ ਆਪਾਂ ਬ੍ਰੇਨ ਐਂਡ ਡਿਵਲਪਮੈਂਟ ਦੇ ਵਿੱਚ ਦੇਖਿਆ ਕਿ ਬ੍ਰੇਨ ਐਂਡ ਡਿਵਲਪਮੈਂਟ ਸਿਰਫ ਲਿਖਿਆ ਹੋਇਆ ਹੁੰਦਾ, ਲੈਂਗੁਏਜ ਐਂਡ ਥੋਟ ਲਿਖਿਆ ਹੁੰਦਾ ਟੋਪਿਕ, ਉਸ ਦੀ ਲੈਂਥ ਬ੍ਰੈਂਥ ਕਦੇ ਵੀ ਮੈਨਸ਼ਨ ਨਹੀਂ ਕੀਤੀ ਹੁੰਦੀ। ਤਾਂ ਜਿੰਨੇ ਵੀ ਤੁਸੀਂ ਵਿਦਿਆਰਥੀ ਇਸ ਨੂੰ ਦੇਖ ਰਹੇ ਹੋ, ਤਾਂ ਇਹਨੂੰ ਪਲੀਜ਼ ਇੱਕ ਵਾਰ ਧਿਆਨ ਨਾਲ, ਇੰਟੈਲੀਜੈਂਸੀ ਨੂੰ ਆਪਾਂ ਨੋਰਮਲ ਸਟੱਡੀ ਕਰ ਰਹੇ ਹਾਂ ਕਿ ਜਿਹੜੀ ਇੰਟੈਲੀਜੈਂਸੀ ਹੈ ਉਹ ਕੀ ਹੈ, ਅਤੇ ਨਾਲ ਨਾਲ ਇੰਡੀਵਿਜੁਅਲ ਡਿਫਰੈਂਸ ਕੀ ਹੈ। ਮੇਰੀ ਹਮੇਸ਼ਾ ਇੱਕ ਗੱਲ ਯਾਦ ਰੱਖਿਓ ਕਿ ਜਿੰਨੇ ਵੀ ਟੀਚਰ ਹੋ ਤੁਸੀਂ, ਜਾਂ ਜੇ ਟੀਚਰ ਬਣ ਚੁੱਕੇ ਹੋ ਜਾਂ ਟੀਚਰ ਬਣਨ ਦੀ ਤਿਆਰੀ ਕਰ ਰਹੇ ਹੋ, ਹਰ ਇੱਕ ਬੱਚਾ ਆਪਦੇ ਆਪਣੇ ਆਪ ਦੇ ਵਿੱਚ ਕੀ ਹੁੰਦਾ ਜੀ, ਅਲੱਗ ਹੁੰਦਾ। ਜੇ ਇਸ ਤਰੀਕੇ ਨਾਲ ਹੋਵੇ, ਇਸ ਤਰੀਕੇ ਨਾਲ ਮੰਨਿਆ ਡਾਕਟਰ ਗਾਰਡਨਰ ਨੇ, ਤਾਂ ਹੀ ਜਾ ਕੇ ਉਹਨਾਂ ਨੇ ਅਲੱਗ ਅਲੱਗ ਥਿਊਰੀਆਂ ਦਿੱਤੀਆਂ ਸਾਰਿਆਂ ਨੇ, ਤਾਂ ਹੀ ਹਰ ਇੱਕ ਪਰਸਨ ਕੋਈ ਲੀਡਰ ਬਣਿਆ, ਕੋਈ ਐਥਲੀਟ ਬਣਿਆ, ਕੋਈ ਕਿਸ ਤਰੀਕੇ ਨਾਲ ਬਣਿਆ। ਤਾਂ ਇਹ ਚੀਜ਼ ਮੰਨਣੀ ਚਾਹੀਦੀ ਹੈ। ਸਕੂਲ ਦੇ ਵਿੱਚ ਵੀ ਜਦੋਂ ਆਪ ਪੜ੍ਹਾਉਂਦੇ ਹਾਂ, ਇਹ ਚੀਜ਼ ਆਪਾਂ ਦੱਸਦੇ ਹਾਂ ਕਿ ਸਾਰੇ ਬੱਚਿਆਂ ਨੂੰ ਇੱਕ ਵਾਰ ਜਿਹੜੀ ਬੇਸਿਕ ਐਜੂਕੇਸ਼ਨ ਚਾਹੀਦੀ ਹੁੰਦੀ ਆ, ਉਹ ਆਪਾਂ ਜ਼ਰੂਰ ਦੇਣੀ ਹੈ। ਜੇ ਬੇਸਿਕ ਤੋਂ ਆਪਾਂ ਮੁੱਢਲੀ ਵਿੱਦਿਆ ਤੋਂ ਹੀ ਪਿੱਛੇ ਰਹਿ ਗਏ, ਫਿਰ ਉਹ ਬੱਚਾ ਅੱਗੇ ਜਾ ਕੇ ਥੋੜ੍ਹੀ ਜਿਹੀ ਦਿੱਕਤ ਆਏਗੀ। ਅਦਰਵਾਈਜ਼ ਕੋਈ ਪਲੇਅਰ ਬਣੇਗਾ, ਕੋਈ ਹੈ ਨਾ ਰੈਸਲਿੰਗ ਦੇ ਵਿੱਚ ਨਾਮ ਰੋਸ਼ਨ ਕਰੇਗਾ, ਕੋਈ ਜਵੈਲਿਨ ਥਰੋ ਦੇ ਵਿੱਚ ਨਾਮ ਰੋਸ਼ਨ ਕਰੇਗਾ, ਕੋਈ ਕਬੱਡੀ ਦੇ ਵਿੱਚ ਕਰੇਗਾ, ਬਹੁਤ ਸਾਰੇ ਅਲੱਗ ਅਲੱਗ ਫੀਲਡ ਹੋਣਗੇ, ਚੈੱਸ ਦੇ ਵਿੱਚ ਕਰੇਗਾ, ਅਲੱਗ ਅਲੱਗ ਫੀਲਡ, ਚਾਹੇ ਉਹ ਸਪੋਰਟਸ ਕੈਟੇਗਰੀ ਹੈ, ਚਾਹੇ ਉਹ ਆਪਣਾ ਕੰਪੀਟੀਸ਼ਨ ਹੈ ਆਰਟ ਐਂਡ ਕਰਾਫਟ ਦਾ, ਚਾਹੇ ਮਾਊਂਟਨੀਅਰਿੰਗ ਹੈ, ਕੋਈ ਵੀ ਹੋ ਸਕਦਾ। ਹੁਣ ਜਿਵੇਂ ਅਲੱਗ ਅਲੱਗ ਟੈਸਟ ਹੈ ਜੀ, ਉਹਨੇ ਕਿਹਾ ਜੀ ਮੈਂ 13.5 ਸਕੋਰ ਕਰ ਲਏ, ਇਹਦਾ ਮਤਲਬ ਕੀ ਹੈ ਕਿ ਉਹ ਸਮਾਰਟ ਹੈ, ਰਾਈਟ ਹੈ? ਨਹੀਂ। ਹੁਣ ਇਹਦੇ ਵਿੱਚ ਕੀ ਹੈ ਜੀ, ਇੰਟੈਲੀਜੈਂਸ ਕੀ ਹੈ, ਕਿਵੇਂ ਮੈਜਰ ਹੁੰਦੀ ਹੈ, ਹੂ ਆਰ ਦੀ ਚਿਲਡਰਨ ਹੂਜ਼ ਇੰਟੈਲੀਜੈਂਸ ਸੈਟਸ ਦੈਨ ਅਪਾਰਟ ਫਰੋਮ ਦੇਅਰ ਪੀਅਰਸ। ਪੀਅਰ ਮਤਲਬ ਜਿਹੜੇ ਨਾਲ ਬੱਚੇ ਹੁੰਦੇ, ਉਹਨੂੰ ਆਪਾਂ ਪੀਅਰ ਗਰੁੱਪ ਕਹਿ ਕੇ ਨਵਾਜਦੇ ਹਾਂ, ਕਿ ਜਿਹੜੇ ਨਾਲ ਦੇ ਪੀਅਰ ਗਰੁੱਪ ਹੋ ਗਿਆ ਜੀ, ਸਾਥੀ ਹੋ ਗਏ, ਕਿ ਆਪਾਂ ਕਹਿ ਦਿੰਦੇ ਹਾਂ ਜੀ ਉਹਨਾਂ ਦਾ ਬੇਟੇ ਨੇ ਆਹ ਕਰ ਲਿਆ, ਉਹਨਾਂ ਦੇ ਬੇਟੇ ਨੇ ਆਹ ਕਰ ਲਿਆ, ਉਹਦੇ ਇੰਨੇ ਨੰਬਰ ਆ, ਤੇਰੇ ਇੰਨੇ ਨੰਬਰ ਕਿਉਂ ਨਹੀਂ ਹੈਗੇ? ਉਹੀ ਹੂ ਆਰ ਦੀ ਚਿਲਡਰਨ ਹੂਜ਼ ਇੰਟੈਲੀਜੈਂਸ ਸੈਟਸ ਦੈਨ ਅਪਾਰਟ ਫਰੋਮ ਦੇਅਰ ਪੀਅਰਸ। ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਕਿਹਾ ਹੈ ਕਿ ਜੇ ਤੁਸੀਂ ਇਹ ਚੀਜ਼ ਸਮਝਦੇ ਹੋ, ਆਪਦੇ ਉੱਪਰ ਵੀ ਅਪਲਾਈ ਕਰੀਓ, ਆਪਣੇ ਸੁਸਾਇਟੀ ਦੇ ਲਈ ਵੀ, ਅਤੇ ਆਪਣੇ ਘਰੇ ਬੱਚਿਆਂ ਲਈ ਵੀ, ਜਾਂ ਜਿਨ੍ਹਾਂ ਦੇ ਤੁਸੀਂ ਰਿਲੇਟਿਵਸ ਹੋ, ਕਈ ਅਨਮੈਰਿਡ ਵੀ ਹੈ। ਤਾਂ ਮੈਂ ਹਮੇਸ਼ਾ ਹੀ ਤੁਹਾਨੂੰ ਦੱਸਿਆ, ਮੈਂ ਕੋਈ ਵੀ ਚੀਜ਼ ਜੋ ਮੰਨ ਲਓ ਮੈਨੂੰ ਐਜੂਕੇਸ਼ਨ ਵਾਈਜ਼ ਅਚੀਵਮੈਂਟ ਮਿਲੀ ਆ, ਸਕੂਲ ਦੇ ਰਿਗਾਰਡਿੰਗ ਮਿਲੀ ਆ, ਯੂਨੀਵਰਸਿਟੀ ਦੇ ਵਿੱਚ ਮਿਲੀ ਆ, ਰਿਸਰਚ ਦੇ ਵਿੱਚ ਮਿਲੀ ਆ, ਤਾਂ ਉਹ ਚੀਜ਼ਾਂ ਕਦੇ ਵੀ ਮੈਨੇ ਡਾਕਟਰ 'ਤੇ ਇੰਪੋਜ਼ ਨਹੀਂ ਕੀਤੀਆਂ, ਨਾ ਹੀ ਕੋਈ ਮਨ ਦੇ ਵਿੱਚ, ਕਿਉਂਕਿ ਫਿਰ ਇਹ ਸਾਰੇ ਚੀਜ਼ਾਂ ਪੜ੍ਹੀਆਂ ਦਾ ਕਿਆ ਬੈਨੀਫਿਟ ਹੋਇਆ? ਜੋ ਉਹਨੇ ਫੀਲਡ ਦੇ ਵਿੱਚ ਕਰਨਾ ਹੋਏਗਾ ਬਿਲਕੁਲ ਕਰ ਲਏਗੀ, ਬਟ ਆਪਾਂ ਇੱਕ ਬੇਸਿਕ ਐਜੂਕੇਸ਼ਨ, ਬੁਨਿਆਦੀ ਤਾਲੀਮ, ਬੇਸਿਕ ਸ਼ਿਕਸ਼ਾ ਜਿਹੜੀ ਉਹ ਹੈਗੀ ਆ, ਉਹ ਕੰਪਲੀਟ ਕਰਾਂਗੇ। ਇਹ ਨਹੀਂ ਕਹਾਂਗੇ ਕਿ ਅਸੀਂ ਟੋਪ ਕੀਤਾ, ਤੁਸੀਂ ਵੀ ਟੋਪ ਕੀਤਾ। ਅਸੀਂ ਸਟੇਜ 'ਤੇ, ਹੁਣ ਤੁਸੀਂ ਦੇਖੋ, ਮੈਂ ਤੁਹਾਡੇ ਸਾਹਮਣੇ ਬੋਲ ਰਿਹਾ, ਪਿਛਲੇ 10 ਸਾਲਾਂ ਤੋਂ ਮੈਂ ਟੀਚਿੰਗ ਐਕਸਪੀਰੀਅੰਸ ਦੇ ਵਿੱਚ ਹੈ, ਤਾਂ ਉਹ ਸਕਿੱਲਸ ਸਾਰੀਆਂ ਐਕੁਆਇਰ ਕੀਤੀਆਂ। ਪਰ ਜੇ ਸਕੂਲ ਦੇ ਵਿੱਚ ਆਪਾਂ ਗੱਲ ਕਰੀਏ, ਉਹ ਸਪੀਕਿੰਗ ਵਾਲੇ ਕਿਸੇ ਵੀ ਕੰਪੀਟੀਸ਼ਨ ਦੇ ਵਿੱਚ ਭਾਗ ਨਹੀਂ ਲੈਂਦੇ, ਉਹ ਇੱਦਾਂ ਦੇ ਬੱਚੇ ਆਪਾਂ ਦੇਖਦੇ ਹੀ ਹਾਂ, ਕਈ ਸਪੀਕਿੰਗ ਦੇ ਵਿੱਚ ਉਹ ਅੱਛੇ ਹੁੰਦੇ ਆ, ਕਈ ਸਪੀਕਿੰਗ ਦੇ ਵਿੱਚ ਅੱਛੇ ਨਹੀਂ ਹੁੰਦੇ। ਤਾਂ ਆਪਾਂ ਇਹ ਜੀਨਸ ਵਾਲਾ ਫੈਕਟਰ ਵੀ ਨਹੀਂ ਕਹਿ ਸਕਦੇ, ਜਿਹੜਾ ਪਹਿਲਾਂ ਟੋਪਿਕ ਲਿੱਤਾ ਕਿ ਜੀਨਸ ਦੇ ਅੰਦਰ ਹੈ, ਬ੍ਰੇਨ ਡਿਵਲਪਮੈਂਟ ਦੇ ਅੰਦਰ ਹੈ।
ਤਾਂ ਉਹ ਚੀਜ਼ਾਂ ਤੁਸੀਂ ਆਪਦੇ ਆਪ ਨਾਲ ਹੀ ਮੰਨ ਕੇ ਚੱਲਣੀਆਂ, ਇੰਪੋਜ਼ ਨਹੀਂ ਕਰਨੇ ਆਪਦੇ ਸੁਪਨੇ ਆਪਣੇ ਬੱਚਿਆਂ ਦੇ ਉੱਪਰ ਜਾਂ ਕਿਸੇ ਪੀਅਰ ਤੋਂ ਲੈ ਕੇ ਕੋਈ ਪ੍ਰੈਸ਼ਰ ਆਪਣੇ ਵਿੱਚ ਹੋਵੇ। ਬਟ ਹਾਂ, ਜੋ ਚੀਜ਼ ਆਪਾਂ ਕਰਵਾਉਣਾ ਚਾਹੁੰਦੇ ਹਾਂ ਉਹ ਆਪਾਂ ਕੰਪੈਰੀਜ਼ਨ ਨਹੀਂ ਕਰਨਾ। ਪਹਿਲਾਂ ਵੀ ਕਿਹਾ, ਡਿਸਰਿਸਪੈਕਟ ਕਿਹਦੀ ਹੋਊਗੀ ਜੀ? ਯੂਅਰ ਸੈਲਫ। ਜੇ ਆਪਾਂ ਕੰਪੈਰੀਜ਼ਨ ਕਰ ਰਹੇ ਹਾਂ ਕਿਸੇ ਨਾਲ ਵੀ, ਆਪਾਂ ਆਪਦੀ ਡਿਸਰਿਸਪੈਕਟ ਕਰ ਰਹੇ ਹਾਂ, ਆਪਣੇ ਆਪਦੇ ਬੱਚੇ ਦੀ ਡਿਸਰਿਸਪੈਕਟ ਕਰ ਰਹੇ ਹਾਂ। ਅਤੇ ਜੇ ਤੁਸੀਂ ਮੰਨਦੇ ਹੋ ਉਸ ਕੁਦਰਤ ਦੀ ਜਾਂ ਉਸ ਪਰਮ ਪਿਤਾ ਪਰਮਾਤਮਾ ਦੀ, ਗੋਡ ਦੀ, ਆਪਾਂ ਕੀ ਕਰ ਰਹੇ ਹਾਂ ਜੀ? ਡਿਸਰਿਸਪੈਕਟ ਕਰ ਰਹੇ ਹਾਂ ਜੇ ਆਪਾਂ ਕਿਸੇ ਵੀ ਆਇਡੈਂਟੀ ਨੂੰ ਨਹੀਂ ਮੰਨ ਰਹੇ। ਠੀਕ ਹੈ ਜੀ, ਇਹ ਇੱਕ ਆਪਣੇ ਜਿਹੜਾ ਲੈਕਚਰ ਸੀ ਕਿਸ ਦੇ ਉੱਪਰ ਚੱਲੇਗਾ, ਥਿੰਕ ਔਨ ਯੋਰ ਓਨ, ਹਾਊ ਡੂ ਯੂ ਡਿਫਾਈਨ ਦੀ ਇੰਟੈਲੀਜੈਂਟ, ਤੁਸੀਂ ਕਿਹਨੂੰ ਕਹਿੰਦੇ ਹੋ ਇੰਟੈਲੀਜੈਂਟ ਹੈ? ਘਰੇ ਬੱਚੇ ਨੂੰ ਕੋਈ ਛੋਟਾ ਜਿਹਾ ਕੰਮ ਕਰ ਦਿੱਤਾ ਜਾਂ ਕੋਈ ਸਵਾਲ ਉਹਨੂੰ ਪੁੱਛਿਆ ਵੀ ਹਾਂਜੀ ਇਹ ਕਦੋਂ ਦਵਾਇਆ ਸੀ, ਕਿਹਨੇ ਦਵਾਇਆ ਸੀ, ਅਸੀਂ ਪੁੱਛਿਆ ਇਹ ਡਰੈਸ ਕਿਹਨੇ ਦਵਾਈ, ਹੁੰਦਾ ਅੱਛਾ ਬੜਾ ਇੰਟੈਲੀਜੈਂਟ, ਬੜਾ ਯਾਦ ਹੈ ਇਹਨੂੰ, ਅੱਛਾ ਆਪਾਂ ਕੀ ਖਾਣ ਗਏ ਸੀ। ਇਸ ਤਰੀਕੇ ਨਾਲ ਜੇ ਆਪਾਂ ਕਲਰ ਪੁੱਛ ਲਿਆ, ਆਪਾਂ ਆਪਦੇ ਹਿਸਾਬ ਨਾਲ ਕਹਿ ਦਿੰਦੇ ਹਾਂ ਕਿ ਜੀ ਇੰਟੈਲੀਜੈਂਸ ਹੈ ਜੀ, ਇਹ ਗਿਆਨਵਾਨ ਹੈ। ਇਜ਼ ਇਟ ਦੀ ਅਬਿਲਿਟੀ ਟੂ ਯੂਜ਼ ਰੀਜ਼ਨਿੰਗ ਐਂਡ ਲੋਜਿਕ, ਜਿਹੜਾ ਆਪਾਂ ਤਰਕ ਸ਼ਾਸਤਰ ਦੀ ਗੱਲ ਕਰਦੇ ਹਾਂ, ਕਿ ਸਿਰਫ ਲਿਖਣਾ ਹੀ ਜਾਂ ਬੋਲਣਾ ਕਲੀਅਰਲੀ, ਉਹ ਇੱਕ ਐਬਿਲਿਟੀ ਦਰਸਾਉਂਦੀ ਹੈ, ਉਹ ਇੱਕ ਤਾਕਤ ਦਰਸਾਉਂਦੀ ਹੈ ਕਿ ਇੰਟੈਲੀਜੈਂਟ ਹੈ। ਇਹ ਸਾਰੇ ਸੋਚਣਾ ਨਜ਼ਰੀਆ, ਇਹੀ ਆਪਾਂ ਕਲਾਸ ਦੇ ਵਿੱਚ ਚੱਲਾਂਗੇ। ਹੁਣ ਦੇਖੋ, ਮੈਂ ਤੁਹਾਡੇ ਸਾਰਿਆਂ ਲਈ, ਮੈਂ ਤਾਂ ਤੁਹਾਨੂੰ ਕਿਹਾ ਕਿ ਵਨ ਔਰ ਵਨ ਮੈਂ ਤੁਹਾਨੂੰ ਪੜ੍ਹਾ ਰਿਹਾ। ਹੁਣ ਜਿਹੜਾ ਵੀ ਪਰਸਨ ਤੁਸੀਂ ਮੈਨੂੰ ਸੁਣ ਰਹੇ ਹੋ, ਤੁਹਾਡੀ ਅਲੱਗ ਅਲੱਗ ਕਾਬਲੀਅਤ ਹੋ ਸਕਦੀ, ਇਸ ਕਰਕੇ ਆਪਾਂ ਸਾਰੀਆਂ ਐਗਜ਼ਾਮਪਲ ਅਲੱਗ ਅਲੱਗ ਸੋਸਾਇਟੀ ਤੋਂ ਲਿੱਤੀ। ਇਜ਼ ਇਟ ਲਿਮਿਟਡ ਟੂ ਵਨ ਪਰਫੋਰਮੈਂਸ ਇਨ ਦੀ ਸਕੂਲ, ਕਿ ਸਿਰਫ ਇੱਕੋ ਦੇ ਉੱਪਰ ਹੀ ਜਿਹੜੀ ਪਰਫੋਰਮੈਂਸ ਹੁੰਦੀ ਨਿਰਧਾਰਿਤ ਹੁੰਦੀ ਹੈ, ਕਿ ਜਿਹੜਾ ਬਿਹੇਵੀਅਰ ਹੈ ਕਿਸੇ ਸਮਾਜ ਦੇ ਵਿੱਚ, ਸੋਸ਼ਲ ਸਿਚੁਏਸ਼ਨ ਦੇ ਅੰਦਰ, ਕਿ ਉਹ ਸਹੀ ਹੈ? ਜਿਵੇਂ ਮੰਨ ਲਓ ਕੋਈ ਪ੍ਰੋਟੈਸਟ ਹੈ, ਪ੍ਰੋਟੈਸਟ ਦੇ ਅੰਦਰ ਕਿ ਜਿਹੜੇ ਪੱਥਰ ਮਾਰਨੇ ਹੈ, ਪ੍ਰੋਟੈਸਟ ਦੇ ਅੰਦਰ ਆਪਾਂ ਇੱਕ ਸ਼ਾਂਤੀਮਈ ਪ੍ਰੋਟੈਸਟ ਕਹਿ ਦਿੰਦੇ ਹਾਂ, ਸੋਸ਼ਲ ਬਿਹੇਵੀਅਰ ਦੀ ਮੈਂ ਗੱਲ ਕਰ ਰਿਹਾ ਹਾਂ, ਕਿ ਆਪਾਂ ਪ੍ਰੋਟੈਸਟ ਕਰ ਰਹੇ ਹਾਂ, ਮੰਨ ਲਓ ਕੋਈ ਕੈਂਡਲ ਮਾਰਚ ਸੀਗਾ ਜਾਂ ਕੋਈ ਹੋਰ ਆਪਾਂ ਬੈਠੇ ਜੀ ਜੰਤਰ ਮੰਤਰ 'ਤੇ, ਕੋਈ ਵੀ ਐਗਜ਼ਾਮਪਲ ਹੈ, ਉੱਥੇ ਪੱਥਰ ਮਾਰਨਾ ਜਾਂ ਉਪਦਰਵ ਮਚਾਉਣਾ ਜਾਂ ਕੋਈ ਬੰਬ ਸਿੱਟਣਾ, ਉਹ ਸਾਰੇ ਚੀਜ਼ਾਂ ਕੀ ਨਿਸ਼ਾਨੀ ਦਿੰਦੀਆਂ? ਅਟੈਕ ਹੈ, ਲੜਾਈ ਹੈ, ਟੈਰਿਸਟ ਹੈ, ਕੀ ਹੈ? ਹਾਓ ਅਬਾਊਟ ਨੋਇੰਗ ਵੈਨ ਯੂ ਆਰ ਰੋਂਗ, ਕੀ ਲੱਗਦਾ ਚਲੋ ਤੁਹਾਨੂੰ ਪਤਾ ਲੱਗਦਾ ਨਹੀਂ, ਆਤਮ ਚਿੰਤਨ ਕਰਦੇ ਹਾਂ ਕਿ ਨਹੀਂ ਇਹ ਤਾਂ ਗਲਤ ਸੀ। ਹੁਣ ਮੈਂ ਤੁਹਾਨੂੰ ਦੱਸਿਆ ਕਿ ਇਹ ਟੋਪਿਕ ਸਿਲੇਬਸ ਕਿਵੇਂ ਹੈ ਜੀ ਇੰਟੈਲੀਜੈਂਟ। ਤੁਸੀਂ ਕੋਈ ਵੀ ਕਿਤਾਬ ਚੱਕ ਲਿਓ ਜੀ, ਕੋਈ ਵੀ ਐਕਸ ਵਾਈ ਜ਼ੈਡ ਕਿਹੜੀ ਵੀ ਪਬਲੀਕੇਸ਼ਨ ਕਿਤਾਬ ਚੱਕ ਲਿਓ, ਜੇ ਹੁਣ ਆਪਾਂ ਜੇ ਬੀ ਟੀ ਐਨ ਟੀ ਟੀ ਦੀ ਕਿਸੇ ਵੀ ਕਿਤਾਬ ਦੀ ਗੱਲ ਕਰਾਂਗੇ, ਉਹਨੂੰ ਸਿਰਫ ਇਕੱਲੇ ਕੁਸ਼ਚਨ ਹੋਣਗੇ, ਉਹ ਥਿਊਰੀ ਨਹੀਂ ਹੈਗੀ, ਕਿਉਂਕਿ ਪਤਾ ਹੀ ਨਹੀਂ, ਜੇ ਪਤਾ ਹੋਊਗਾ ਤਾਂ ਫਿਰ ਉਹ ਡਿਫਾਈਨ ਨਹੀਂ ਕਰ ਪਾਏ ਕਿ ਕੀ ਹੈ। ਤਾਂ ਇਸ ਕਰਕੇ ਆਪਾਂ ਐਕਸਪੀਰੀਅੰਸ ਹਿਸਾਬ ਨਾਲ ਤੁਹਾਨੂੰ ਸਾਰੀਆਂ ਚੀਜ਼ਾਂ ਵਨ ਔਰ ਵਨ ਦੱਸ ਰਹੇ ਹਾਂ। ਨੋਟ ਦੈਟ ਸਿੰਪਲ, ਰਾਈਟ? ਦੇਰ ਆਰ ਮੈਨੀ ਸਾਈਕੋਲੋਜੀਕਲ ਥਿਊਰੀਜ਼ ਅਬਾਊਟ ਦ ਇੰਟੈਲੀਜੈਂਸ ਦੈਟ ਵਿਲ ਐਗਜ਼ਾਮਿਨ ਇਨ ਦਿਸ ਮਡਿਊਲ। ਚਲੋ, ਸਾਈਕੋਮੈਟ੍ਰੀਸ਼ੀਅਨ ਸਪੈਸ਼ਲਾਈਜ਼ ਇਨ ਮੈਜ਼ਰਿੰਗ ਦੀ ਸਾਈਕੋਲੋਜੀਕਲ ਕਰੈਕਟਰਿਸਟਿਕਸ ਫੋਰ ਦੀ ਇੰਟੈਲੀਜੈਂਸ ਐਂਡ ਦੀ ਪਰਸਨੈਲਿਟੀ ਬਾਈ ਯੂਜ਼ਿੰਗ ਪੈਟਰਨ ਆਫ ਦੀ ਟੈਸਟ ਸਕੋਰ। ਹਰ ਇੱਕ ਦਾ ਸਾਈਕੋਮੈਟ੍ਰਿਕ ਟੈਸਟ ਬਣਾਇਆ ਗਿਆ ਹੁੰਦਾ ਜੀ। ਦੇ ਹੈਵ ਫਾਊਂਡ ਐਵੀਡੈਂਸ ਆਫ ਜਨਰਲ ਇੰਟੈਲੀਜੈਂਸ ਐਜ਼ ਵੈਲ ਐਜ਼ ਫੋਰ ਦੀ ਸਪੈਸੀਫਿਲਿਟੀ। ਤੁਹਾਨੂੰ ਯਾਦ ਹੋਏਗਾ ਆਪਾਂ ਮੈਜ਼ਮਰ ਦੇ ਬਾਰੇ ਇੱਕ ਸ਼ਬਦ ਪੜ੍ਹਿਆ ਸੀ ਸਾਈਕੋਅਨਲਿਟੀਕਲ ਥਿਊਰੀ ਦੇ ਅੰਦਰ, ਜਿਹਦੇ ਵਿੱਚ ਆਪਾਂ ਕਹਿ ਰਹੇ ਸੀ ਕਿ ਉਹ ਲੈ ਕੇ ਜਾਂਦਾ ਹਿਪਟੋਨਿਕ ਵਾਲਾ ਆਪਾਂ ਵਰਡ ਪੜ੍ਹਿਆ ਸੀ, ਐਨਾ ਓ ਬਾਰੇ ਪੜ੍ਹਿਆ, ਫਿਰ ਆਪਾਂ ਸਿਮਨ ਫਰੂਡ, ਐਨਾ ਫਰੂਡ ਬਾਰੇ ਪੜ੍ਹਿਆ। ਇਹ ਸਾਰੀਆਂ ਚੀਜ਼ਾਂ ਉਹ ਜੱਜ ਕਰਦੇ ਸੀ ਵੀ ਕਿਹੜੀ ਕਿਹੜੀ ਚੀਜ਼ ਹੈਗੀ ਆ, ਤਾਂ ਇਸ ਕਰਕੇ ਆਪਾਂ ਸਾਰਿਆਂ ਨੂੰ ਹੀ ਡਿਸਕਸ ਕਰਾਂਗੇ। ਸਭ ਨਾਲੋਂ ਪਹਿਲਾਂ ਆਪਾਂ ਇੰਟੈਲੀਜੈਂਸ ਦੀ ਭਾਸ਼ਾ ਦੇਖਦੇ ਹਾਂ ਕਿ ਇੰਟੈਲੀਜੈਂਸ ਕੀ ਹੈ ਦਿਮਾਗੀ ਤੌਰ 'ਤੇ। ਇਟ ਇਜ਼ ਇਨਫਰਡ ਪ੍ਰੋਸੈਸ, ਇਸ ਨੂੰ ਦੱਸਿਆ ਸੀਗਾ ਜੀ, ਵਰਡ ਲਿਖ ਲਓ, ਜੇ ਨਹੀਂ ਪਤਾ ਤਾਂ ਇਹਨੂੰ ਆਪਾਂ ਜੀ ਅਨੁਮਾਨ ਕਹਿ ਦਿੰਦੇ ਹਾਂ ਜੀ। ਪ੍ਰੋਸੈਸ ਦੈਟ ਹਿਊਮਨ ਯੂਜ਼ ਟੂ ਐਕਸਪਲੇਨ ਡਿਫਰੈਂਟ ਡਿਗਰੀਜ਼ ਆਫ ਅਡੈਪਟਿਵ ਸਕਸੈਸ ਇਨ ਪੀਪਲਸ ਬਿਹੇਵੀਅਰ, ਕਿ ਉਹ ਇੰਟੈਲੀਜੈਂਸ। ਹੁਣ ਮੰਨ ਲਓ ਕਿਸੇ ਨੇ ਚਰਿੱਤਰ ਬਣਾਇਆ ਜੀ,
ਕਿਸੇ ਨੇ ਮਿੱਟੀ ਦਾ ਬਣਾਤਾ, ਕਿਸੇ ਨੇ ਉਦਾਂ ਪੇਂਟਿੰਗ ਕਰਤੀ। ਹਿਊਮਨ ਯੂਜ ਟੂ ਐਕਸਪਲੇਨ ਦੀ ਡਿਫਰੈਂਟ ਡਿਗਰੀਜ਼ ਆਫ ਅਡੈਪਟਿਵ ਸਕਸੈਸ, ਹਰ ਇੱਕ ਦੀ ਕਾਮਯਾਬੀ। ਹੁਣ ਜਿਹੜਾ ਪਰਬਤ ਰੋਹੀ ਹੈ, ਜਿਹੜਾ ਪਹਾੜ ਚੜ੍ਹ ਗਿਆ ਜੀ, ਠੀਕ ਹੈ, ਸਮਿਟ ਕਹਿ ਦਿੰਦੇ, ਮਾਊਂਟੇਨੀਅਰ ਸਮਿਟ ਕਹਿ ਦਿੰਦੇ, ਉਹਦਾ ਅਲੱਗ ਕਾਮਯਾਬੀ ਸੀ। ਜਵੈਲੀਅਨ ਥਰੋ ਵਾਲੇ ਦੀ ਅਲੱਗ ਕਾਮਯਾਬੀ ਸੀ, ਸਵਿਮਰ ਦੀ ਅਲੱਗ ਕਾਮਯਾਬੀ ਸੀ। ਹਰ ਇੱਕ ਦਾ ਜਿਹੜਾ ਕਾਮਯਾਬੀ ਦਾ ਤਰੀਕਾ ਦੱਸਣ ਦਾ ਉਹ ਅਲੱਗ ਅਲੱਗ। ਮੈਂਟਲ ਅਬਿਲਟੀ ਦੈਟ ਅਨੇਬਲ ਵਨ ਟੂ ਅਡੈਪਟ, ਉਹਦੇ ਅਨੁਸਾਰ ਢਲਣਾ, ਸ਼ੇਪ ਕਰਨਾ ਅਤੇ ਉਸ ਇਨਵਾਇਰਮੈਂਟ ਦੇ ਅਕੋਰਡਿੰਗ ਚੱਲਣਾ। ਅਬਿਲਿਟੀ ਟੂ ਜੱਜ, ਕੰਪਰੀਹੈਂਡ ਐਂਡ ਰੀਜ਼ਨਿੰਗ, ਇਹ ਅਬਿਲਿਟੀ, ਇਹ ਸ਼ਮਤਾ ਆਪਦੇ ਕੋਲ ਕੀ ਹੁੰਦੀ ਹੈ ਜੀ, ਹੋਣੀ ਚਾਹੀਦੀ ਹੈ। ਜਿਵੇਂ ਆਪਾਂ ਇਹਨੂੰ ਸਿਆਣਪ ਕਹਿ ਦਿੰਦੇ ਹਾਂ, ਸਿਆਣਪ ਵਾਸਤੇ ਆਪਾਂ ਨੂੰ ਜੱਜਮੈਂਟ ਵੀ ਹੋਣੀ ਚਾਹੀਦੀ ਹੈ। ਦ ਅਬਿਲਿਟੀ ਟੂ ਅੰਡਰਸਟੈਂਡ ਐਂਡ ਡੀਲ ਵਿਦ ਦੀ ਪੀਪਲ, ਸਾਰੇ ਚੀਜ਼ਾਂ ਨੂੰ ਸਮਝਣਾ, ਲੋਕਾਂ ਨਾਲ ਡੀਲ ਕਰਨਾ, ਓਬਜੈਕਟਸ ਹੋ ਗਏ, ਸਿੰਬਲਸ ਹੋ ਗਏ, ਕਿਸ ਤਰੀਕੇ ਨਾਲ ਆਪਣੀ ਸਮਰੱਥਾ ਹੈਗੀ ਹੈ ਸਮਝਣ ਦੀ। ਐਬਿਲਿਟੀ ਟੂ ਐਕਟ ਪਰਪਸਫੁਲੀ, ਪਰਪਸ ਦੇ ਹਿਸਾਬ ਨਾਲ ਦੇਖਣਾ, ਰੈਸ਼ਨਲ ਲੌਜਿਕ ਦੇ ਹਿਸਾਬ ਨਾਲ, ਐਂਡ ਡੀਲ ਇਫੈਕਟਿਵਲੀ ਵਿਦ ਦੀ ਇਨਵਾਇਰਮੈਂਟ, ਕਿ ਇਨਵਾਇਰਮੈਂਟ ਦੇ ਹਿਸਾਬ ਨਾਲ ਚੱਲਣਾ। ਇਹ ਸਾਰੀਆਂ ਜਿਹੜੀਆਂ ਅਪਰੋਚਿਸ ਸੀਗੀਆਂ, ਇਹ ਆਪਣੀ ਇੰਟੈਲੀਜੈਂਸੀ ਬਾਰੇ, ਸਿਆਣਪ ਬਾਰੇ ਦੱਸ ਰਹੀਆਂ ਸੀ, ਕਿਸ ਕਿਸ ਤਰੀਕੇ ਨਾਲ ਆਪਾਂ ਅਕੋਰਡਿੰਗਲੀ ਚੱਲ ਰਹੇ ਹਾਂ ਖੁਦ ਪਰਸਨਲੀ। ਹਾਂਜੀ, ਸਾਈਕੋਮੈਟ੍ਰਿਕ ਅਪਰੋਚ, ਪੈਡ ਟੈਸਟ ਕਈ ਵਾਰ ਕਹਿ ਦਿੰਦੇ ਹਾਂ, ਸਾਈਕੋਮੈਟ੍ਰਿਕ ਅਪਰੋਚ ਟੈਸਟ ਕਹਿ ਲਓ। ਦ ਮੈਜ਼ਰਮੈਂਟ ਆਫ ਇੰਡੀਵਿਜੁਅਲ ਡਿਫਰੈਂਸ ਇਨ ਦੀ ਬਿਹੇਵੀਅਰ ਐਂਡ ਐਬਿਲਿਟੀਜ਼, ਹੁਣ ਇਹ ਵੀ ਹੋ ਸਕਦਾ ਹੈ ਤੁਸੀਂ ਸੁਣ ਰਹੇ ਹੋ, ਕਿਸੇ ਹੋਰ ਨੇ ਦੇਖਿਆ, ਅੱਛਾ ਕੀ ਪੜ੍ਹ ਰਹੇ ਹੈ, ਕੀ ਪੜ੍ਹਾ ਰਹੇ ਨੇ ਅਮਨ ਸਰ, ਅੱਛਾ ਇਹ ਵਾਲਾ ਪੜ੍ਹਾ ਰਿਹਾ, ਉਹਨੂੰ ਇਹ ਵਾਲਾ ਇੰਟਰਸਟਿੰਗ ਲੱਗੇ, ਦੂਸਰੇ ਨੂੰ ਲੱਗੇ, ਨਹੀਂ ਨਹੀਂ ਇਹ ਮੇਰੇ ਕੰਮ ਦਾ ਨਹੀਂ, ਕਿਉਂਕਿ ਇਹ ਸਰ ਨੇ ਕਾਫੀ ਚੀਜ਼ਾਂ ਹੋਰ ਹਿਸਾਬ ਨਾਲ ਦੱਸ, ਕਿਉਂਕਿ ਆਪਾਂ ਤਾਂ ਓਵਰਆਲ ਦੇਖ ਰਹੇ ਹਾਂ। ਹੁਣ ਇੰਟੈਲੀਜੈਂਸ ਕੀ ਹੈ, ਜੇ ਇਸ ਤਰੀਕੇ ਨਾਲ ਹੁੰਦਾ ਕਿੰਨੇ ਵਕਤਾਂ ਨੇ ਜੀ, ਕਿੰਨੇ ਟੀਚਰ ਨੇ, ਕਿੰਨੇ ਪਲੇਟਫਾਰਮ ਨੇ, ਹਰ ਇੱਕ ਪਰਸਨ ਅਲੱਗ ਗੱਲ ਸਮਝ ਆਉਂਦੀ ਹੈ। ਬਿਹੇਵੀਅਰ ਐਂਡ ਐਬਿਲਿਟੀਜ਼, ਜੋਰਜ ਸਪੀਰਮੈਨ ਰਿਪੋਰਟਡ ਫਾਈਂਡਿੰਗ ਸਪੋਰਟਿੰਗ ਦੀ ਆਈਡੀਆ ਦੈਟ ਪਰਫੋਰਮੈਂਸ ਔਨ ਐਨੀ ਟੈਸਟ ਆਫ ਮੈਂਟਲ ਐਬਿਲਿਟੀ ਵਾਜ ਬੇਸਡ ਔਨ ਏ ਸਿੰਗਲ ਜਨਰਲ ਐਬਿਲਿਟੀ ਫੈਕਟਰ ਦੈਟ ਹੀ ਟਰਮਡ ਐਸ ਜੀ। ਹੁਣ ਇਹਨਾਂ ਤਿੰਨਾਂ ਲੈਣਾਂ ਦਾ ਮਤਲਬ ਕੀ ਹੈ ਜੀ, ਸਪੀਰਮੈਨ ਜਿਹੜੇ ਸੀਗੇ, ਜੋਰਜ ਸੀਗੇ, ਤੁਸੀਂ ਗੱਲ ਯਾਦ ਰੱਖਿਓ ਜੀ ਤੋਂ, ਜੋਰਜ ਸੀਗੇ, ਉਹਨਾਂ ਨੇ ਇੱਕ ਫੈਕਟਰ ਬਣਾਤਾ ਜੀ ਜੀ, ਇੱਕ ਜੀ ਆਪਾਂ ਫਿਜਿਕਸ 'ਚ ਪੜ੍ਹਦੇ ਹਾਂ ਜੀ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, ਇੱਕ ਇਹਨਾਂ ਨੇ ਜੀ ਬਣਾਤਾ, ਜੀ ਨੂੰ ਕੀ ਕਹਿਤਾ ਜੀ, ਕਿ ਕੋਈ ਵੀ ਇਨਸਾਨ ਹੋਇਆ ਕਿਸ ਵਾਸਤੇ, ਇਹਨਾਂ ਵਾਸਤੇ ਜੱਜ, ਕੰਪਰੀਹੈਂਡ, ਰੀਜ਼ਨਿੰਗ, ਸਭ ਕੁਛ, ਜਾਂ ਫਿਰ ਜਿਹੜਾ ਆਪਾਂ ਉਰੇ ਪੜ੍ਹਿਆ ਕਿ ਲਿਖਣਾ, ਪਰਫੋਰਮ ਕਰਨਾ, ਇਹ ਸਾਰੇ ਚੀਜ਼ਾਂ, ਕਿ ਹਰ ਇੱਕ ਬੱਚੇ ਦੇ ਵਿੱਚ ਜਾਂ ਹਰ ਇੱਕ ਪਰਸਨ ਦੇ ਉੱਪਰ ਇੱਕ ਫੈਕਟਰ ਜ਼ਰੂਰ ਹੋਏਗਾ ਜਿਹਨੂੰ ਆਪਾਂ ਜਨਰਲ ਫੈਕਟਰ ਕਹਾਂਗੇ। ਜਨਰਲ ਫੈਕਟਰ ਉਹਦੇ ਕੋਲ ਇਹ ਹੋਏਗਾ, ਕਿਸੇ ਕੋਲ ਘੱਟ, ਕਿਸੇ ਕੋਲ ਵੱਧ, ਲੇਕਿਨ ਉਹਨਾਂ ਨੇ ਕਿਹਾ ਜੀ ਹਰ ਇੱਕ ਕੋਲ ਕੀ ਜੀ ਫੈਕਟਰ ਜ਼ਰੂਰ ਹੋਏਗਾ। ਸਪਰਮ ਐਨ ਆਲਸੋ ਬਿਲੀਵ ਦੈਟ ਪਰਫੋਰਮੈਂਸ ਔਨ ਐਨੀ ਟੈਸਟ ਆਫ ਮੈਂਟਲ ਐਬਿਲਿਟੀ ਰਿਕੁਆਇਰਡ ਦ ਯੂਜ਼ ਆਫ ਸਪੈਸੀਫਿਕ, ਕਹਿੰਦੇ ਜਨਰਲ ਹੋਣ ਦੇ ਨਾਲ ਨਾਲ ਕਿਸੇ ਕੋਲ ਮਿਊਜ਼ਿਕ ਦਾ ਹੋ ਸਕਦਾ, ਕਿਸੇ ਕੋਲ ਡਾਂਸਿੰਗ ਦਾ ਹੋ ਸਕਦਾ, ਕਿਸੇ ਕੋਲ ਆਰਟ ਐਂਡ ਕ੍ਰਾਫਟ ਦਾ ਹੋ ਸਕਦਾ। ਉਹ ਗੱਲ ਇਹਨਾਂ ਨੇ ਕਹੀ ਕਿ ਜਰਨਲ ਤੋਂ ਬਾਅਦ ਇੱਕ ਸਪੈਸੀਫਿਕ ਹੋਏਗੀ, ਜਿਵੇਂ ਤੁਸੀਂ ਸਾਰੇ ਹੋ। ਜਰਨਲ ਐਬਿਲਿਟੀ ਕੀ ਹੈ ਕਿ ਤੁਸੀਂ ਰੀਡ ਕਰ ਸਕਦੇ ਹੋ, ਬੋਲ ਸਕਦੇ ਹੋ, ਤੁਹਾਨੂੰ ਪਤਾ ਕਿ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਜੇ ਪੜ੍ਹਿਆ ਹੋਇਆ, ਇਹ ਜਰਨਲ ਐਬਿਲਿਟੀ ਤੁਹਾਡੇ ਕੋਲ ਹੈਗੀ ਹੈ। ਲੇਕਿਨ ਜਿਹੜੀ ਤੁਸੀਂ ਕੋਰਸ ਜੁਆਇਨ ਕੀਤਾ, ਤੁਸੀਂ ਕੋਰਸ 'ਚ ਸਿੱਖ ਰਹੇ ਹੋ, ਉਹ ਕੀ ਸਿੱਖ ਰਹੇ ਹੋ, ਇੱਕ ਸਪੈਸੀਫਿਕ ਚੀਜ਼ ਸਿੱਖ ਰਹੇ ਹੋ। ਐਗਜ਼ਾਮਪਲ ਦੇ ਤੌਰ 'ਤੇ ਆਪਾਂ ਲੈ ਰਹੇ ਹਾਂ ਕਿ ਅਸੀਂ CDP ਦੇ ਅੰਦਰ ਮਾਹਿਰ ਹੋਣਾ, CDP ਦੇ ਕੁਸ਼ਚਨ ਅਸੀਂ ਗਲਤ ਨਹੀਂ ਕਰਨੇ ਜੀ। ਦ ਯੂਜ਼ ਆਫ ਸਪੈਸੀਬਿਲਟੀ ਫੈਕਟਰ ਦੈਟ ਹੀ ਟਰਮਡ ਐਸ ਦੀ ਐਸ, ਦੋਵਾਂ ਤੋਂ ਇਹ ਯਾਦ ਰੱਖ ਲਿਓ ਕਿ ਜੀ ਤੋਂ ਉਹਨਾਂ ਨੇ ਕੀ ਬਣਾਇਆ, ਨਾਮ ਹੀ ਇਹਨਾਂ ਦਾ ਜੋਰਜ ਸਪੀਰਮੈਨ ਸੀਗਾ, ਜੀ ਫੈਕਟਰ ਜਨਰਲ ਜੀ ਸਾਰਿਆਂ ਵਾਸਤੇ ਹੋ ਗਿਆ ਜੀ, ਸਪੀਰਮੈਨ ਕੀ ਹੋ ਗਿਆ, ਐਸ ਮਤਲਬ ਕੀ ਹੋ ਗਿਆ ਜੀ, ਸਪੈਸੀਫਿਕ ਹੋ ਗਿਆ। ਮੈਂ ਬਿਲਕੁਲ ਸਲੋਲੀ ਸਟੈਡਲੀ ਹਰ ਇੱਕ ਥਿਊਰੀ ਆਰਾਮ ਨਾਲ ਐਕਸਪਲੇਨ ਕਰ ਰਿਹਾ,
ਤਾਂ ਹਲੇ ਪਹਿਲੀ ਥਿਊਰੀ 'ਤੇ ਆਪਾਂ ਆਏ ਹਾਂ ਜਿਹੜੀ ਜੋਰਜ ਸਪੀਅਰਮੈਨ ਦੀ ਥਿਊਰੀ ਸੀ ਜੀ ਮੀਨਜ਼ ਕਾਪੀ ਦੇ ਨਾਲ ਦੇ ਨਾਲ ਲਿਖ ਲਓ ਜਨਰਲ ਐਬਿਲਿਟੀ ਜੋ ਸਾਰਿਆਂ ਦੇ ਵਿੱਚ ਹੋਏਗੀ ਜੋ ਵੀ ਇਨਸਾਨ ਧਰਤੀ 'ਤੇ ਪੈਦਾ ਹੋਇਆ ਅਤੇ ਐਸ ਕੀ ਹੋ ਗਿਆ ਜੀ ਇੱਕ ਸਪੈਸੀਫਿਕ ਐਬਿਲਿਟੀ ਹੋਊਗੀ ਹਰ ਇੱਕ ਪਰਸਨ ਕੋਲ ਕੀ ਹੋਏਗੀ ਜੀ ਅਲੱਗ ਤੋਂ ਹੋਏਗੀ ਲਓ ਹੁਣ ਇਹਨਾਂ ਨੇ ਇੱਕ ਡਾਇਗਰਾਮ ਬਣਾ ਦਿੱਤੀ ਤੁਸੀਂ ਇਹ ਮੰਨ ਕੇ ਚੱਲੋ ਮੈਂ ਇੱਥੇ ਡਰੋਅ ਕਰ ਦੇਣਾ ਕਿ ਜਿਹੜਾ ਆਹ ਵਾਲਾ ਫੈਕਟਰ ਹੈ ਆਹ ਵਾਲਾ ਇਹ ਇੱਕ ਬੋਲ ਹੈ ਇਸ ਤਰੀਕੇ ਨਾਲ ਬਣਾਈ ਗਈ ਇਹ ਉਵੇਂ ਇਸ ਤਰੀਕੇ ਨਾਲ ਇਹ ਬਣਾਤਾ ਫਿਰ ਇਸ ਤਰੀਕੇ ਨਾਲ ਇਹ ਬਣਾਤਾ ਇਸ ਤਰੀਕੇ ਨਾਲ ਉਹ ਜਿੱਥੇ ਕੋਮਨ ਕੱਟ ਰਹੇ ਆ ਉਹਨੂੰ ਜੀ ਕਹਿਤਾ ਜੀ ਵੈਨ ਡਾਇਗਰਾਮ ਦੀ ਤਰ੍ਹਾਂ ਹੁਣ ਸਪਾਸ਼ੀਅਲ ਅੰਡਰਸਟੈਂਡਿੰਗ ਇਹਨਾਂ ਨੇ ਕਹਿਤੀ ਅਰਿਥਮੈਟਿਕ ਦੀ ਗੱਲ ਕਹਿਤੀ ਮਕੈਨੀਕਲ ਦੀ ਗੱਲ ਕਹਿਤੀ ਲੋਜੀਕਲ ਦੀ ਗੱਲ ਕਹਿਤੀ ਇਹ ਕਹਿੰਦੇ ਜੀ ਹਰ ਇੱਕ ਬੰਦੇ ਕੋਲ ਜਿਹੜੀ ਇਹ ਐਸ ਹੈ ਇਹ ਅਲੱਗ ਅਲੱਗ ਹੁੰਦੀ ਕੋਈ ਲੋਜੀਕਲੀ ਸਟਰੋਂਗ ਹੋਊਗਾ ਕੋਈ ਮਕੈਨੀਕਲੀ ਸਟਰੋਂਗ ਹੋਊਗਾ ਕੋਈ ਸਪਾਸ਼ੀਅਲੀ ਸਟਰੋਂਗ ਹੋਊਗਾ ਵਿਜੁਅਲਾਈਜੇਸ਼ਨ ਅੰਦਰ ਕੋਈ ਅਰਿਥਮੈਟਿਕਲੀ ਸਟਰੋਂਗ ਹੋਏਗਾ ਇਹ ਐਸ ਫੈਕਟਰ ਹੋਊਗਾ ਜੀ ਫੈਕਟਰ ਕਹਿੰਦੇ ਜੀ ਇਹ ਕੀ ਹੈ ਜੀ ਕੋਮਨ ਹੁਣ ਪੇਪਰ 'ਚ ਇਹ ਸਵਾਲ ਪੁੱਛਿਆ ਜਾਂਦਾ ਕਿ ਕਿਹੜੇ ਫੈਕਟਰ ਨੇ ਜਿਹੜੇ ਸਪੈਸੀਫਿਕ ਨੇ ਅਤੇ ਜਰਨਲ ਦੇ ਵਿੱਚ ਕਿਹੜੇ ਹੈਗੇ ਆ ਜਾਂ ਕਿਹੜੇ ਨਹੀਂ ਹੈਗੇ ਜੋ ਕਿ ਆਪਾਂ ਪਹਿਲਾਂ ਦੇਖਿਆ ਇਹਨਾਂ ਦੋਨਾਂ ਕੁਐਸਚਨ ਨੂੰ ਪਲੀਜ਼ ਕਾਪੀ 'ਤੇ ਨੋਟ ਕਰ ਲਓ ਜੀ ਕੌਨਫਲਿਕਟਿੰਗ ਥਿਊਰੀਜ਼ ਹੈਵ ਲੈਡ ਮੈਨੀ ਸਾਈਕੋਮੈਟ੍ਰਿਕ ਥਿਊਰੀਜ਼ ਟੂ ਪ੍ਰਪੋਜ਼ ਹਰਾਰੀਕਲ ਥਿਊਰੀਜ਼ ਆਫ ਇੰਟੈਲੀਜੈਂਸ ਦੈਟ ਇਨਕਲੂਡ ਬੋਥ ਜਨਰਲ ਐਂਡ ਸਪੈਸੀਫਿਕ ਕੰਪੋਨੈਂਟ ਹੁਣ ਮੰਨ ਲਓ ਇਹਨਾਂ ਨੇ ਥਿਊਰੀ ਦਿੱਤੀ ਸੋ ਮੈਂ ਦੱਸਿਆ ਕਿ ਕਿੰਨੇ ਵੀ ਸਾਈਕੋਲੋਜਿਸਟ ਹੋਏ ਆ ਜਾਂ ਸਾਈਕੋਮੈਟ੍ਰਿਸਟ ਇਹਨਾਂ ਨੇ ਹੁਣ ਕਹਿਤਾ ਉਹਨਾਂ ਸਾਰੇ ਪਰਸਨਸ ਨੂੰ ਸਾਈਕੋਲੋਜਿਸਟ ਸੀਗੇ ਕਿਸੇ ਦੀ ਸੋਚ ਨਹੀਂ ਮਿਲਦੀ ਸੀ ਕਿਉਂ ਜੀ ਘਰ ਨਹੀਂ ਮਿਲਦੀ ਜੀ ਸੁਸਾਇਟੀ 'ਚ ਨਹੀਂ ਮਿਲਦੀ ਜੀ ਦੇਸ਼ ਦੇ ਵਿੱਚ ਨਹੀਂ ਮਿਲ ਰਹੀ ਹਰ ਇੱਕ ਪਰਸਨ ਕਿਉਂਕਿ ਇੰਡੀਵਿਜੁਅਲ ਅਲੱਗ ਅਲੱਗ ਹੈ ਸਾਰੇ ਸੋਚ ਮੈਟਰ ਮੈਚ ਨਹੀਂ ਕਰਦੀ ਅਤੇ ਨਾ ਹੀ ਉਹ ਕਿਸੇ ਦੀ ਮੈਟਰ ਕਰਦੀ ਹੈ ਕਿ ਮਿਲਣੀ ਵੀ ਚਾਹੀਦੀ ਹੈ ਬਸ ਆਪਾਂ ਥੋੜ੍ਹੇ ਥੋੜ੍ਹੇ ਸਟੈਪਸ ਮੈਚ ਕਰਦੇ ਹੁੰਦੇ ਉਹੀ ਜਨਰਲ ਐਬਿਲਿਟੀ ਨਾਲ ਤਾਂ ਆਪਾਂ ਚੱਲਦੇ ਹਾਂ ਕਿਸੇ ਨੂੰ ਕੁਛ ਅੱਛਾ ਲੱਗਦਾ ਹੁਣ ਜਿਹੜੀ ਕੁਕਿੰਗ ਵਾਲੀ ਗੱਲ ਹੈ ਉਹ ਅਲੱਗ ਆ ਜਾਏਗੀ ਹਾਂਜੀ ਕੈਟਲਸ ਵਿਊ ਆਫ ਇੰਟੈਲੀਜੈਂਸ ਐਜ਼ ਫਿਊ ਬੇਸਿਕ ਐਬਿਲਿਟੀ ਹੁਣ ਜਿਹੜੇ ਕੈਟਲ ਸੀਗੇ ਇਹ ਵੀ ਸਾਈਕੋਮੈਟ੍ਰਿਸਟ ਸੀਗੇ ਇਹਨਾਂ ਦਾ ਵਿਊ ਕੁਛ ਹੋਰ ਸੀ ਕਹਿਣਾ ਹਰ ਇੱਕ ਪਰਸਨ ਦੇ ਨਾਲ ਕਿ ਇਹ ਹੋ ਸਕਦਾ ਇਹ ਨਹੀਂ ਹੋ ਸਕਦਾ ਦ ਐਬਿਲਿਟੀ ਟੂ ਥਿੰਕ ਔਨ ਦੀ ਸਪੋਟ ਐਂਡ ਸੋਲਵ ਦੀ ਨੋਵਲ ਪ੍ਰੋਬਲਮ ਇਹ ਕਹਿੰਦੇ ਸੀ ਔਨ ਦੀ ਸਪੋਟ ਸੋਲਵ ਕਰਨਾ ਸੋਚਣਾ ਬਹੁਤ ਪਤੇ ਦੀ ਗੱਲ ਹੈ ਐਬਿਲਿਟੀ ਟੂ ਪਰਸੀਵ ਰਿਲੇਸ਼ਨਸ਼ਿਪ ਕਿ ਦੋ ਮਿੰਟ ਮਿਲੇ ਜੀ ਕਿ ਵਧੀਆ ਰਿਲੇਸ਼ਨ ਹੋਣਾ ਚਾਹੀਦਾ ਨਹੀਂ ਵਧਾਉਣਾ ਚਾਹੀਦਾ ਮੰਨ ਲਓ ਹਾਂਜੀ ਹੈਲੋ ਇਹ ਜਾਂ ਆਪਾਂ ਕਹੇ ਫਸਟ ਮੀਟਿੰਗ 'ਤੇ ਫਸਟ ਸਾਈਟ ਜਾਂ ਆਪਾਂ ਕਹਿੰਦੇ ਨਹੀਂ ਇਹ ਬੰਦਾ ਕੰਮ ਦਾ ਨਹੀਂ ਲੱਗਿਆ ਜੀ ਮੈਨੂੰ ਗੱਲਾਂ ਬਾਤਾਂ ਲੱਗਿਆ ਪੰਜ ਦਸ ਮਿੰਟ 'ਚ ਇਹ ਬੰਦਾ ਕੰਮ ਦਾ ਨਹੀਂ ਬਾਅਦ 'ਚ ਪਤਾ ਲੱਗਿਆ ਇਹਦਾ ਕੰਮ ਦਾ ਹੀ ਬੰਦਾ ਸੀ ਗਲਤ ਹੋ ਸਕਦਾ ਇਹ ਹੋ ਸਕਦਾ ਕਿ ਬਹੁਤ ਵਧੀਆ ਬੰਦਾ ਹੈ ਲੇਕਿਨ ਬਾਅਦ 'ਚ ਕੀ ਪਤਾ ਲੱਗਿਆ ਨਹੀਂ ਇਹਨੇ ਤਾਂ ਸਾਹ ਛੱਡਤਾ ਕ੍ਰਿਸਟਲਾਈਜ਼ ਇੰਟੈਲੀਜੈਂਸ ਜਾਂ ਚਲੋ ਇੱਕ ਪੁਆਇੰਟ ਰਹਿ ਗਿਆ ਦਾ ਅਬਿਲਿਟੀ ਟੂ ਗੇਨ ਨਿਊ ਟਾਈਪਸ ਆਫ ਨੌਲੇਜ ਹੁਣ ਮੰਨ ਲਓ ਨੌਲੇਜ ਕਿਉਂ ਆਈ ਜੀ ਇਹ ਵਾਲੀ ਆਪਾਂ ਨੂੰ ਪਤਾ ਸੀ ਕਿ ਇਹ ਬੰਦਾ ਕੀ ਹੈ ਜੀ ਚੰਗਾ ਬਾਅਦ 'ਚ ਕੀ ਨਿਕਲਿਆ ਬੈਡ ਪਹਿਲਾਂ ਕੀ ਸੀਗਾ ਜੀ ਬੈਡ ਇੱਥੋਂ ਹੀ ਉਹ ਕਹਾਵਤ ਬਣ ਗਈ ਕਿ ਜੀ ਜਿਸ ਤਨ ਲਾ ਕੇ ਉਸ ਤਨ ਜਾਂਦੇ ਉਹੀ ਗੱਲ ਜਿਹਨੂੰ ਪਤਾ ਹੈ ਜਾਂ ਆਪਾਂ ਕਿਹਾ ਜਿਹਨੂੰ ਜਿਹੜਾ ਦੁੱਧ ਦਾ ਵੀ ਫੂਕਿਆ ਉਹ ਹਰ ਇੱਕ ਹੈ ਨਾ ਚੀਜ਼ ਨੂੰ ਵਾਈਟ ਨੂੰ ਹਰ ਇੱਕ ਨਾ ਫੂਕ ਮਾਰ ਕੇ ਕਿ ਨਹੀਂ ਜੀ ਚਾਹੇ ਠੰਡੀ ਹੈ ਚਾਹੇ ਕੁਛ ਵੀ ਹੈ ਉਹ ਕਹੂਗਾ ਨਹੀਂ ਜੀ ਮੇਰਾ ਮੂੰਹ ਜਲਿਆ ਹੋਇਆ ਐਬਿਲਿਟੀ ਟੂ ਪਰਸੀਵ ਰਿਲੇਸ਼ਨਸ਼ਿਪ ਜਾਂ ਸਪੋਟ ਸੋਲਵ 'ਤੇ ਕੋਈ ਚੀਜ਼ਾਂ ਦਿੱਕਤਾਂ ਆ ਗਈਆਂ ਇਹਦੇ ਅੰਦਰ ਤਾਂ ਉਹ ਨਵੀਂ ਨੌਲੇਜ ਨੂੰ ਕਿਵੇਂ ਲੈਂਦਾ ਫਲੂਡ ਇੰਟੈਲੀਜੈਂਸ ਮਤਲਬ ਹੋ ਗਿਆ ਸਮਝੋ ਨਾ ਤਰਲ ਪਦਾਰਥ ਹੋ ਗਿਆ ਕਿ ਇੱਕ ਤਰ੍ਹਾਂ ਨਾਲ ਫਲੈਕਸੀਬਿਲਿਟੀ ਨਾਲ ਉਸ ਤੋਂ ਬਾਅਦ ਕ੍ਰਿਸਟਲ ਫੋਰਮ ਜਿਵੇਂ ਆਈਸ ਫੋਰਮ ਦੀ ਵੀ ਗੱਲ ਕਰ ਲਓ ਕ੍ਰਿਸਟਲ ਫੋਰਮ ਫੈਕਚੁਅਲ ਨੌਲੇਜ ਅਬਾਊਟ ਦੀ ਵਰਲਡ ਫੈਕਟ ਕਿ ਤੁਹਾਨੂੰ ਫੈਕਟ ਦੇ ਬਾਰੇ ਕੀ ਪਤਾ ਜੋ ਫੈਕਟ ਦੇ ਬਾਰੇ ਇਹ ਪਤਾ ਹੈ ਕਿ ਜੀ ਜ਼ਿੰਦਗੀ ਦੇ ਵਿੱਚ ਪਾਪ ਕਰਨ ਵਾਲੇ ਲੋਕ ਵੀ ਨੇ ਪੁੰਨ ਕਮਾਉਣ ਵਾਲੇ ਵੀ ਨੇ
ਇਹਨਾਂ ਦੋਵਾਂ 'ਚ ਬਲੀਵ ਰੱਖਣ ਵਾਲੇ ਵੀ ਨਹੀਂ ਹੈਗੇ, ਬਹੁਤ ਸਾਰੇ ਤਰ੍ਹਾਂ ਦੀ ਦੁਨੀਆ। ਦ ਸਕਿੱਲਸ ਆਲਰੇਡੀ ਲਰਨਡ ਐਂਡ ਪ੍ਰੈਕਟਿਸ, ਸਕਿੱਲਸ ਆਲਰੇਡੀ ਸਿੱਖ ਚੁੱਕੇ ਹੈ, ਪ੍ਰੈਕਟਿਸ ਕਰ ਚੁੱਕੇ ਹੈ। ਦੇਖੋ ਜੀ ਅਰਥਮੈਟਿਕ ਦੇ ਇਫੈਕਟ, 2+2 ਜਿੱਥੇ ਮਰਜ਼ੀ ਚੱਲ ਜਾਓ 4 ਹੈ, 1+1 2 ਹੁੰਦਾ ਹੈ, ਪਰ ਮੁਹਾਵਰੇ ਦੇ ਹਿਸਾਬ ਨਾਲ 1 ਤੇ 1 11 ਕਹਿ ਦਿੰਦੇ। ਨੌਲੇਜ ਆਫ ਦੀ ਮੀਨਿੰਗਸ ਆਫ ਦੀ ਵਰਡਸ, ਕਿਹੜੇ ਕਿਹੜੇ ਸ਼ਬਦ ਨੇ ਜਾਂ ਸਟੇਟ ਦੀ ਕਿਹੜੀ ਕੈਪੀਟਲ ਆ, ਉਹ ਕ੍ਰਿਸਟਲ ਫੋਰਮ ਹੋ ਗਈ ਕਿ ਛੱਪ ਗਈ। ਆਪਣੇ ਕਹਿੰਦੇ ਜੀ ਕ੍ਰਿਸਟਲ ਕਲੀਅਰ ਹੈ ਜੀ, ਸਮਝਾਉਣ ਤੋਂ ਬਾਅਦ ਤੁਸੀਂ ਬਹੁਤ ਸਾਰੇ ਟੀਚਰ ਐਗਜ਼ਾਮਪਲ ਲੈਂਦੇ ਹੋਵੋਗੇ ਸਟੂਡੈਂਟਸ ਨੂੰ, ਹਾਂਜੀ ਸਟੂਡੈਂਟਸ ਇਜ਼ ਇਟ ਆਲ ਕਲੀਅਰ, ਕ੍ਰਿਸਟਲ ਕਲੀਅਰ ਮੀਨ ਠੋਸ ਗੱਲ ਕਰ ਰਹੇ ਹੈ ਇਹ। ਫੈਕਚੁਅਲ ਨੌਲੇਜ ਅਬਾਊਟ ਦੀ ਵਰਲਡ, ਸਕਿੱਲਸ ਆਲਰੇਡੀ ਲਰਨਡ ਐਂਡ ਪ੍ਰੈਕਟਿਸ, ਅਰਥਮੈਟਿਕ ਫੈਕਟਸ, ਜਿਹੜੇ ਮੈਥ ਦੀ ਗੱਲ ਕਰੀ, ਫਾਰਮੂਲਾਸ ਦੀ ਗੱਲ ਕਰੀ, a+b ਹੋਲ ਸਕੁਅਰ ਜਾਂ a² - b² ਠੀਕ ਹੈ, ਸਟੇਟ ਕੈਪੀਟਲ ਹੋਊਗੀ, ਨੌਲੇਜ ਹੋਊਗੀ, ਇਹ ਗੱਲ ਕੀਤੀ ਕੈਟਲ ਦੇ ਵਿਊ ਨੇ। ਪਹਿਲੀ ਫਲੂਡ ਸੀ ਤਰਲ ਪਦਾਰਥ ਦੀ ਤਰ੍ਹਾਂ ਜੀ, ਕਿ ਚੀਜ਼ ਚੱਲ ਰਹੀ ਹੈ ਨਾਲ ਨਾਲ, ਨਾ ਬਾਬਾ ਸਿੱਖ ਰਹੇ ਹੋ, ਤੁਸੀਂ ਕਿਹੜੀ ਇੰਟੈਲੀਜੈਂਸ ਸਿੱਖ ਰਹੇ ਹੋ ਫਲੂਡ 'ਚ। ਪੁਰਾਣੀਆਂ ਚੀਜ਼ਾਂ ਜਿਹੜੀਆਂ ਕ੍ਰਿਸਟਲ, ਆਪਾਂ ਇਹ ਵੀ ਕਹਿ ਸਕਦੇ ਕ੍ਰਿਸਟਲ ਨੂੰ ਪਘਲਾਇਆ ਗਿਆ, ਕੁਝ ਚੀਜ਼ਾਂ ਪੁਰਾਣੀਆਂ ਸੀ ਖਤਮ ਕੀਤੀਆਂ ਗਈਆਂ, ਫਿਰ ਦੁਬਾਰਾ ਬਰਫ਼ ਬਣਾਈ ਗਈ, ਬਰਫ਼ ਬਣਾਉਣ ਤੋਂ ਬਾਅਦ ਫਿਰ ਹੋਰ ਨਵਾਂ ਪਾਣੀ ਐਡ ਕਰਕੇ ਨਵੀਂ ਬਰਫ਼ ਬਣਾ ਲਈ, ਨਵੀਂ ਕ੍ਰਿਸਟਲਾਈਜੇਸ਼ਨ ਵੀ ਚਲੇ ਗਏ। ਹਾਂਜੀ, ਫਲੂਡ ਇੰਟੈਲੀਜੈਂਸ ਔਨ ਦੀ ਟੈਸਟ ਇਜ਼ ਮੈਜ਼ਰਡ ਬਾਏ ਦੀ ਕੀ, ਜਿਹੜੇ ਨੋਰਮਲ ਪਜ਼ਲਸ ਹੈ ਜਿਹਨੂੰ ਆਪਾਂ ਬੁਝਾਰਤ ਕਹਿ ਦਿੰਦੇ ਹਾਂ ਕਿ ਹਾਂ ਬੁੱਝੋ ਤਾਂ ਜਾਣੀ। ਐਬਿਲਿਟੀ ਟੂ ਡਿਟਰਮਾਈਨ ਦੀ ਨੈਕਸਟ ਐਂਟਰੀ ਇਨ ਏ ਸੀਰੀਜ਼ ਆਫ ਏ ਨੰਬਰ, ਕਿ ਨੈਕਸਟ ਨੰਬਰ ਸੀਰੀਜ਼ ਜਿਹੜਾ ਤੁਸੀਂ ਮੈਥ ਦੇ ਵਿੱਚ ਵੀ ਸਵਾਲ ਕਰਦੇ ਹੋਵੋਗੇ, ਮੰਨ ਲਓ 1, 4, 9 ਇਸ ਤਰੀਕੇ ਨਾਲ ਅੱਗੇ ਪਤਾ ਕਿ ਇੱਥੇ ਕੀ ਆਊਗਾ ਜਾਂ ਇੱਥੇ ਕੀ ਆਊਗਾ। ਐਬਿਲਿਟੀ ਟੂ ਆਈਡੈਂਟੀਫਾਈ ਵਿੱਚ ਵਨ ਆਫ ਦਾ 4 ਓਬਜੈਕਟਿਵ ਰਿਲੇਟਡ ਟੂ ਦੀ ਅਦਰਸ, ਐਨਾਲੋਗੀ ਦੇ ਵਿੱਚ ਗੱਲ ਕਰ ਲਓ ਕਿ ਇਹਦੇ ਵਿੱਚ ਕਿਹੜੀ ਚੀਜ਼ ਫਿੱਟ ਹੋਏਗੀ। ਚਿਲਡਰਨ ਹੂ ਡੂ ਵੈਲ ਔਨ ਵਨ ਟੈਸਟ ਆਫ ਫਲੂਡ ਇੰਟੈਲੀਜੈਂਸ ਯੂਜਲੀ ਡੂ ਵੈਲ ਔਨ ਦੀ ਅਦਰ ਟੈਸਟ ਆਫ ਫਲੂਡ ਇੰਟੈਲੀਜੈਂਸ। ਇਹਨਾਂ ਦਾ ਕੈਟਲ ਦਾ ਇਹ ਮੰਨਣਾ ਸੀ ਜਿਹਨੇ 1 ਟੈਸਟ ਵਧੀਆ ਕੀਤਾ ਉਹ ਅਗਲੇ ਸਾਰੇ ਟੈਸਟ ਵਧੀਆ ਕਰੂਗਾ, ਫਲੂਡ ਇੰਟੈਲੀਜੈਂਸ, ਕਿਉਂਕਿ ਉਹ ਸਿੱਖ ਚੁੱਕਿਆ। ਕੀ ਸਿੱਖ ਚੁੱਕਿਆ? ਆਹ ਵਾਲਾ ਅਬਿਲਿਟੀ ਟੂ, ਇਹ ਆਪਾਂ ਰੱਬ ਕਰ ਦਿੰਦੇ ਜੀ। ਅਬਿਲਿਟੀ ਟੂ ਪਰਸੀਵ ਰਿਲੇਸ਼ਨ ਸਮਝ ਚੁੱਕਿਆ, ਨਵੀਂ ਨੌਲੇਜ ਲੈ ਚੁੱਕਿਆ, ਦੁਬਾਰਾ ਔਨ ਦੀ ਸਪੋਟ ਉਹ ਪ੍ਰੋਬਲਮ ਨੂੰ ਸੋਲਵ ਕਰਨ ਲਈ ਕੀ ਹੈ ਜੀ, ਰੈਡੀ ਹੈ। ਦੇ ਮੇ ਨੋ ਨੈਸੈਸਰਲੀ ਪਰਫੋਰਮ ਵੈਲ ਔਨ ਦੀ ਟੈਸਟ ਆਫ ਕ੍ਰਿਸਟਲਾਈਜ ਇੰਟੈਲੀਜੈਂਸ। ਹਾਂ, ਇਹ ਚੀਜ਼ ਜ਼ਰੂਰੀ ਨਹੀਂ ਹੈਗੀ ਜੀ ਕਿ ਜਿਹੜੀ ਕ੍ਰਿਸਟਲ ਪਰਫੋਰਮੈਂਸ ਆ ਉਹਦੇ ਵਿੱਚ ਉਹ ਸਹੀ ਕਰੇਗਾ ਹੀ ਕਰੇਗਾ। ਦੇ ਮੇ ਨੋ ਨੈਸੈਸਰਲੀ ਪਰਫੋਰਮ ਵੈਲ, ਕੋਈ ਜ਼ਰੂਰੀ ਨਹੀਂ ਹੈਗਾ ਕਿ ਉੱਥੇ ਵਧੀਆ ਪਰਫੋਰਮ ਕਰੇਗਾ, ਬਟ ਫਲੂਡ ਦੇ ਉੱਪਰ ਕੀ ਕਰੇਗਾ, ਉਹ ਅੱਛੇ ਤਰੀਕੇ ਨਾਲ ਕੰਮ ਕਰੇਗਾ। ਇਹ ਤੁਸੀਂ ਹੁਣ ਦੇਖ ਸਕਦੇ ਹੋ, ਮੋਸਟ ਇੰਪੋਰਟੈਂਟ ਚਾਰਟ ਹੈ, ਪਲੀਜ਼ ਕਾਪੀ 'ਤੇ ਬਣਾ ਲਿਓ, ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਬਣਿਆ ਵੀ ਨਹੀਂ ਹੁੰਦਾ ਜੀ। ਅਤੇ ਜਿਹੜਾ ਕੈਟਲ ਵਾਲਾ ਐਗਜ਼ਾਮਪਲ ਹੈ, ਕੈਟਲ ਵਿਊ ਵਾਲਾ, ਇਹ ਮੋਸਟ ਇੰਪੋਰਟੈਂਟ ਹੈ ਜੀ। 2023 ਦੇ ਦੋਵੇਂ ਸੈਸ਼ਨਾਂ ਸੀ ਟੈਟ 'ਚ ਪੁੱਛਿਆ ਗਿਆ, PS ਟੈਟ ਦਾ 2022-2 ਜਿਹੜਾ ਪਹਿਲੇ ਪ੍ਰੀਵੀਅਸ ਈਅਰ ਸੀਗੇ ਉਹਦੇ ਵਿੱਚ ਪੁੱਛਿਆ ਗਿਆ ਸੀ, ਦੋਵੇਂ ਸ਼ਿਫਟਾਂ ਦੇ ਵਿੱਚ ਸੀ ਟੈਟ ਦੇ ਪੇਪਰ 1 ਪੇਪਰ 2 ਸਾਇੰਸ ਮੈਥ ਦੇ ਅਲੱਗ ਅਲੱਗ SST ਦੇ ਹਿਸਾਬ ਨਾਲ ਕੈਟਲ ਦਾ ਜਿਹੜਾ ਵਿਊ ਹੈ ਇਹ ਪੁੱਛਿਆ ਗਿਆ ਪੇਪਰ 'ਚ। ਪਲੀਜ਼ ਇਹਨੂੰ ਨੋਟ ਕਰ ਲਓ ਜਿਹੜੇ ਤੁਸੀਂ ਨੋਟਸ ਬਣਾ ਰਹੇ ਹੋ ਆਪਦੀ ਕਾਪੀ 'ਤੇ, ਜਾਂ ਜੋ ਬਾਅਦ 'ਚੋਂ ਦੇਖੋਗੇ ਫਿਰ ਭੁੱਲ ਜਾਓਗੇ, ਕਿਉਂਕਿ ਹੁਣ ਤਾਂ ਰਿਦਮ ਦੇ ਨਾਲ ਚੱਲ ਰਿਹਾ, ਫਲੂਡ ਦੇ ਨਾਲ ਚੱਲ ਰਿਹਾ। ਹਾਂਜੀ, ਇੰਟਲੈਕਚੁਅਲ ਡਿਵਲਪਮੈਂਟ ਇੰਟੈਲੀਜੈਂਸੀ ਹੋ ਗਈ ਜੀ। ਹੁਣ ਜਿਹੜੀ ਡੋਟਡ ਲਾਈਨ ਹੈ ਜੀ, ਡੋਟਡ ਲਾਈਨ ਕੀ ਦੱਸਦੀ ਹੈ? ਫਲੂਡ ਹੈ ਜੀ, ਕਿ ਹੌਲੀ ਹੌਲੀ ਨਵੀਂ ਨਵੀਂ ਆ ਰਹੀ ਹੈ। ਅਗੇਨ 1 ਲੈਵਲ ਤੋਂ ਬਾਅਦ ਦੇਖੋ ਜੀ, ਇਨਫੈਂਸੀ ਆ ਗਈ ਜੀ ਪਹਿਲੀ ਸਟੇਜ, ਦੂਸਰੀ ਚਾਈਲਡਹੁੱਡ, ਅਰਲੀ ਚਾਈਲਡਹੁੱਡ, ਇੱਥੇ ਤੱਕ ਥੋੜ੍ਹੀ ਜਿਹੀ ਸੈਚੂਰੇਸ਼ਨ ਹੈ, ਥੋੜ੍ਹਾ ਜਿਹਾ ਪਲੇਨ ਹੈ, ਫਿਰ ਮਿਡਲ ਅਤੇ ਥੋੜ੍ਹੀ ਜਿਹੀ ਗਿਰ ਗਈ ਲੇਟ ਅਡਲਟਹੁੱਡ ਦੇ ਵਿੱਚ, ਔਰ ਵੀ ਨੀਚੇ ਚਲੀ ਜਾਏਗੀ ਨਵੀਆਂ ਚੀਜ਼ਾਂ ਸਿੱਖਣ ਦੀ ਜਿਹੜੀ ਕਾਬਲੀਅਤ ਆ। ਦੇਖੋ
ਇੱਕਦਮ ਰਾਈਜ਼ ਕਰ ਰਹੀ ਹੈ। ਜਿਹੜੀ ਆਪਾਂ ਲੈਂਗੁਏਜ ਦੀ ਗੱਲ ਕੀਤੀ ਕਿ ਬੱਚਿਆਂ ਨੂੰ ਕੁਛ ਵੀ ਸਿਖਾ ਸਕਦੇ, ਆਪਾਂ ਕਹਿ ਸਿੱਖਣ ਵਾਲਾ ਹੈ ਨਹੀਂ, ਸਿਖਾਉਣ ਵਾਲਾ ਚਾਹੀਦਾ ਨਾ ਜੀ, ਸਿੱਖਣ ਵਾਲਾ ਹੋਵੇ ਨਾ ਹੋਵੇ, ਕ੍ਰਿਸਟਲਾਈਜ਼ ਕਿ ਜੋ ਅੱਗੇ ਤੱਕ ਜਾਣੇ। ਇਹਦਾ ਗੇਰਨ ਦਾ ਕੋਈ ਅਨੁਮਾਨ ਨਹੀਂ, ਇਹ ਹਮੇਸ਼ਾ ਅੱਗੇ, ਕਿਉਂਕਿ ਫੈਕਟ ਹੈ। ਆਪਾਂ ਨਹੀਂ ਕਹਿੰਦੇ ਨਹੀਂ ਜੀ ਫੈਕਟ ਹੈ, ਇਹ ਚੀਜ਼ ਹੋਏਗੀ, ਇਹ ਚੀਜ਼ ਨਹੀਂ ਹੋਊਗੀ, ਇਹ ਹੋਏਗੀ, ਇਹ ਨਹੀਂ ਹੋਊਗੀ। ਜਿਹੜਾ ਵਰਲਡ ਦੇ ਉੱਪਰ ਜਿਹੜਾ ਆਪਾਂ ਕਹਿੰਦੇ ਸੱਤ ਹੈ ਜੀ, ਪੂਰਾ ਸੱਚ ਹੈ ਜੀ, ਜਿਹਨੂੰ ਚੇਂਜ ਕੀਤਾ ਨਹੀਂ ਜਾ ਸਕਦਾ। ਹਾਂਜੀ, ਉਸ ਤੋਂ ਬਾਅਦ ਆਪਣੇ ਆ ਗਏ ਜੌਨ ਕੈਰੋਲ ਭਾਈ ਸਾਹਿਬ। ਇਹ ਥਰਡ ਥਿਊਰੀ ਹੈ ਜੀ ਆਪਣੀ। ਪਹਿਲੀਆਂ ਦੋ ਥਿਊਰੀਆਂ ਜਿਹੜੀਆਂ ਆਪਾਂ ਕੰਪਲੀਟ ਕੀਤੀਆਂ, ਮੈਂ ਉਸਨੂੰ ਰਿਵੀਜ਼ਨ ਕਰਵਾ ਦਾਂ। ਇਹਦੀ ਰਿਵੀਜ਼ਨ ਦਾ ਮਤਲਬ ਕਿ ਇੱਕ ਵਾਰ ਆ ਦੇ ਕੇ ਚਲੋ ਕੋਈ ਗੱਲ ਨਹੀਂ। ਹਾਂਜੀ, ਆਪਾਂ ਪਹਿਲੀ ਥਿਊਰੀ ਅਲੱਗ ਅਲੱਗ, ਪਹਿਲਾਂ ਆਪਾਂ ਇੰਟੈਲੀਜੈਂਸ ਬਾਰੇ ਦੇਖਿਆ ਕਿ ਇੰਟੈਲੀਜੈਂਸ ਕੀ ਹੁੰਦੀ ਹੈ, ਕਿਵੇਂ ਚੈੱਕ ਕਰਨਾ ਹੁੰਦਾ ਜੀ। ਉਸ ਤੋਂ ਬਾਅਦ ਆਪਣੇ ਸਪੀਅਰਮੈਨ ਨੇ ਕਿਹਾ ਜੀ ਕਿ ਜੀ ਇੱਕ ਜਨਰਲ ਅਬਿਲਿਟੀ ਹੋਏਗੀ, ਸਪੀਅਰਮੈਨ ਕੀ ਹੋਏਗਾ ਜੀ, ਸਪੈਸੀਫਿਕ ਹੋ ਗਏ, ਹਰ ਇੱਕ ਦੀ ਅਲੱਗ ਅਲੱਗ ਹੋਏਗੀ। ਇਹਨਾਂ ਨਾਮ ਤੋਂ ਹੀ ਆਪਾਂ ਡਿਫਾਈਨ ਕਰ ਲਿਆ, ਸਪੈਸੀਫਿਕ ਵਾਲੀਆਂ ਚਾਰ ਅਬਿਲਿਟੀਜ਼ ਨੇ ਮਕੈਨੀਕਲ, ਲੋਜੀਕਲ, ਸਪਾਸ਼ੀਅਲ ਐਂਡ ਅਰਿਥਮੈਟਿਕ। ਇਹਨਾਂ ਦਾ ਹੀ ਅੱਗੇ ਡਾਕਟਰ ਗਾਰਡਨਰ ਨੇ ਵੀ ਇਸਤੇਮਾਲ ਕੀਤਾ, ਹੋਰ ਚੀਜ਼ਾਂ ਬਣਾਈਆਂ। ਫਿਰ ਕੈਟਲ ਵਿਊ ਦੇ ਹਿਸਾਬ ਨਾਲ ਇਹ ਪੇਪਰ 'ਚ ਆਇਆ ਹੋਇਆ ਜੀ, ਮੈਂ ਤੁਹਾਨੂੰ ਦੱਸਿਆ ਜਿਵੇਂ, ਅਤੇ ਫਲੂਟ ਇੰਟੈਲੀਜੈਂਸ ਅਤੇ ਕ੍ਰਿਸਟਲਾਈਜ਼ ਇੰਟੈਲੀਜੈਂਸ ਇਹਨਾਂ ਨੇ ਦੱਸੀ, ਅਤੇ ਇਹਦਾ ਆਪਾਂ ਗ੍ਰਾਫ ਵੀ ਸਟੱਡੀ ਕੀਤਾ। ਹੁਣ ਥ੍ਰੀ ਸਟੈਟਮ ਥਿਊਰੀ ਆਫ ਇੰਟੈਲੀਜੈਂਸ ਜੌਨ ਕੈਰਲ। ਹੁਣ ਤੁਸੀਂ ਧਿਆਨ ਨਾਲ ਦੇਖਣਾ ਜੀ, ਐਗਜ਼ਾਮ ਦੇ ਅੰਦਰ ਨਾ ਇਹ ਪੁੱਛਿਆ ਜਾਂਦਾ ਕਈ ਵਾਰੀ ਕਿ ਜਨਰਲ ਮੈਮਰੀ ਦਾ ਕੀ ਪੁਆਇੰਟ ਹੈ, ਆਡੀਟਰੀ ਪਰਸੈਪਸ਼ਨ ਦਾ ਕੀ ਪੁਆਇੰਟ ਆ, ਮੀਨ ਜਿਹੜਾ ਥੱਲੇ ਲਿਖਿਆ ਵੀ ਹੈ। ਇਹ ਸਾਰੀਆਂ ਐਗਜ਼ਾਮਪਲ ਨੇ ਜੀ, ਹੋਪ ਤੁਹਾਨੂੰ ਦਿਖ ਰਿਹਾ ਹੋਊਗਾ, ਮੈਂ ਇੱਧਰ ਵਾਲੇ ਸਾਈਡ 'ਤੇ ਹੋ ਜੂੰਗਾ। ਹੁਣ ਫਲੂਡ ਇੰਟੈਲੀਜੈਂਸ ਦਾ ਵੀ ਐਗਜ਼ਾਮਪਲ ਇਹਨਾਂ ਨੇ ਦਿੱਤਾ, ਜਨਰਲ ਇੰਟੈਲੀਜੈਂਸ, ਇਹ ਸਾਰੀ ਦੇਖੋ ਕਿ ਉਹਨੇ ਅਲੱਗ ਅਲੱਗ ਮੰਨ ਲਿਆ, 3, 4, 5, 6, 7, 8 ਐਂ ਕਰਕੇ ਅਲੱਗ ਅਲੱਗ ਜੋਨ ਕੈਰਲ ਨੇ ਬਣਦੀਆਂ ਕਿ ਅਲੱਗ ਅਲੱਗ ਟ੍ਰੇਡ 'ਤੇ ਜਾਣਗੇ। ਫਲੂਡ ਇੰਟੈਲੀਜੈਂਸ ਸਿਕੁਐਂਸ਼ੀਅਲ ਲਰਨਿੰਗ ਦੀ ਸਟੈਪ ਬਾਏ ਸਟੈਪ ਇੰਡਕਸ਼ਨ, ਕੁਆਂਟੀਟੇਟਿਵ ਰੀਜ਼ਨਿੰਗ ਪਲੱਸ ਮਾਈਨਸ, ਕ੍ਰਿਸਟਲਾਈਜ਼ ਪ੍ਰਿੰਟਡ ਲੈਂਗੁਏਜ ਜਿਹੜੀ ਸਾਹਮਣੇ ਲਿਖੀ ਹੋਈ ਹੈ ਕਿ ਕਿਵੇਂ ਜੀ, ਇਹਦਾ ਮਤਲਬ ਏ ਹੈ। ਜਿਹੜੀ ਆਪਾਂ ਪਹਿਲੀ ਕਲਾਸ 'ਚ ਗੱਲ ਕੀਤੀ ਸੀ, ਕਿਸੇ ਨੇ ਪੁੱਛਿਆ ਕਿ ਏ ਐਂ ਕਿਉਂ ਨਹੀਂ ਪੈਂਦਾ, ਜਾਂ ਏ ਇੱਦਾਂ ਵੀ ਤਾਂ ਪੈ ਸਕਦਾ ਜੀ, ਨਹੀਂ ਪੁੱਛਾਂਗੇ। ਲੈਂਗੁਏਜ ਨੂੰ ਕੰਪਰੀਹੈਂਡ ਕਰਨਾ ਅਤੇ ਵੋਕੈਬਲਰੀ ਨੌਲੇਜ। ਕਿਸੇ ਨੇ ਆਪਾਂ ਨੂੰ ਕਿਹਾ ਕਿ ਜੀ ਤੁਸੀਂ ਸੀ ਬੋਲਿਆ, ਮੈਂ ਤਾਂ ਕਹਿੰਦਾ ਆਹ ਸੀ ਆਹ ਬੋਲਿਆ ਨਹੀਂ, ਮੈਂ ਤਾਂ ਆਹ ਵਾਲਾ ਸੀ ਬੋਲਿਆ ਸੀ। ਉਹ ਕਹਿੰਦਾ ਨਹੀਂ ਜੀ ਮੈਂ ਆਹ ਸੀ ਨਹੀਂ ਬੋਲਿਆ ਸੀ, ਮੈਂ ਤਾਂ ਆਹ ਸੀ ਬੋਲਿਆ ਸੀ। ਉਹ ਕਹਿੰਦਾ ਨਹੀਂ ਮੈਂ ਆਹ ਸੀ ਵੀ ਨਹੀਂ ਬੋਲਿਆ ਸੀ, ਮੈਂ ਤਾਂ ਆਹ ਵਾਲਾ ਸੀ ਬੋਲਿਆ ਸੀ। ਉਹ ਕਹਿੰਦਾ ਨਹੀਂ ਮੈਂ ਆਹ ਵਾਲਾ ਸੀ ਬੋਲਿਆ ਸੀ। ਵੋਕੈਬਲਰੀ ਨੌਲੇਜ ਕਿਸ, ਇੱਕ ਕ੍ਰਿਸਟਲ ਹੈ, ਪਤਾ ਹੈ ਕਿ ਕੀ ਬੋਲਿਆ, ਕਿਸ ਨੂੰ ਉਹ ਚੀਜ਼ਾਂ ਦਰਸਾ ਰਿਹਾ। ਜਨਰਲ ਮੈਮਰੀ ਐਂਡ ਲਰਨਿੰਗ, ਮੈਮਰੀ ਕਿੰਨੇ ਸਮੇਂ ਤੱਕ ਰਹਿੰਦੀ ਹੈ ਅਤੇ ਉਹਦੇ ਨਾਲ ਜੁੜਿਆ ਹੋਇਆ ਕਿਹੜੀ ਚੀਜ਼ ਤੁਹਾਡੇ ਕੋਲ ਹੈਗੀ ਹੈ। ਜਿਵੇਂ ਹੁਣ ਮੈਂ ਤੁਹਾਨੂੰ ਪੜ੍ਹਾ ਰਿਹਾ, ਕੁਝ ਚੀਜ਼ਾਂ ਤੁਸੀਂ ਨਾਲ ਐਸੋਸੀਏਟ ਕਰ ਰਹੇ ਹੋ ਕਿ ਸਰ ਨੇ ਉਹ ਵਾਲੀ ਐਗਜ਼ਾਮਪਲ ਲਿੱਤੀ, ਸਰ ਨੇ ਆਹ ਹੁਣ ਦੱਸਿਆ, ਜਾਂ ਤੁਸੀਂ ਆਪਦੇ ਦਿਮਾਗ ਨਾਲ ਵਿਜੁਅਲਾਈਜ਼ ਵੀ ਕਰ ਰਹੇ ਹੋ, ਕਿਉਂਕਿ 1-to-1 ਚੈਨਲ ਹੈ ਜੀ। ਬਸ ਸਿਰਫ ਸਟੂਡੈਂਟ ਹੈ ਅਤੇ ਮੈਂ ਤੁਹਾਨੂੰ ਜਿਵੇਂ ਦੱਸ ਰਿਹਾ, ਕੋਈ ਹੋਰ ਆਸੇ ਪਾਸੇ ਨਹੀਂ ਹੈਗਾ, ਜਾਂ ਇੱਕ ਮਾਇੰਡ ਹੈ, ਬਰੋਡ ਵਿਜੁਅਲ ਪਰਸੈਪਸ਼ਨ। ਹੁਣ ਤੁਸੀਂ ਬੈਠੇ ਬੈਠੇ ਜੋ ਟੇਬਲ 'ਤੇ, ਲੈਪਟੋਪ 'ਤੇ, ਮੋਬਾਈਲ 'ਤੇ, ਜਿਹਦੇ ਵੀ ਤੁਸੀਂ ਇਹਨੂੰ ਸੁਣ ਰਹੇ ਹੋ, ਜਾਂ ਆਸੇ ਪਾਸੇ 3-4 ਬੱਚੇ ਸੁਣ ਰਹੇ ਹੈ, ਤਾਂ ਤੁਸੀਂ ਕੀ ਦੇਖ ਰਹੇ ਹੋ, ਵਿਜੁਅਲਾਈਜ਼ ਕਰ ਰਹੇ ਹੋ, ਸਪੈਸ਼ਲ ਰਿਲੇਸ਼ਨ ਬਣਾ ਰਹੇ ਹੋ ਕਿ ਇਹ ਰਿਲੇਸ਼ਨ ਕੀ ਨੇ, ਕਲੋਜ਼ਰ ਸਪੀਡ ਕੀ ਹੈ, ਕਿਸ ਤਰੀਕੇ ਨਾਲ ਉਹਨੂੰ ਕਲੋਜ਼ ਕਰਕੇ ਅਗਲੇ ਸਟੈਪ 'ਤੇ ਜਾ ਰਹੇ ਹੋ। ਸਪੀਚ ਸਾਊਂਡ ਡਿਸਕ੍ਰਿਮੀਨੇਸ਼ਨ ਕੀ ਹੈ ਜੀ, ਬਰੋਡ ਆਡੀਟਰੀ ਪਰਸੈਪਸ਼ਨ, ਸਪੀਚ ਸਾਊਂਡ, ਜਿਹੜੀ ਮੈਂ ਗੱਲ ਕੀਤੀ ਸੀ 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 ਸੀ, ਜਨਰਲ ਸਾਊਂਡ ਡਿਸਕ੍ਰਿਮੀਨੇਸ਼ਨ ਕੀ ਬੋਲਿਆ ਸੀ, ਕੀ ਨਹੀਂ ਬੋਲਿਆ ਸੀ।
ਫਿਰ ਬਰੋਡ ਰਿਟਰੀਵਲ ਐਬਿਲਿਟੀ ਕਿ ਆਪਾਂ ਕਿਆ ਨਵੀਂ ਚੀਜ਼ ਕ੍ਰੀਏਟ ਕਰ ਸਕਦੇ ਹਾਂ, ਕੀ ਆਈਡੀਆ ਫਲੂਐਂਸੀ ਦੇਣ ਦਾ, ਕੀ ਆਪਾਂ ਨੇਮ ਦੇ ਰਹੇ ਹਾਂ ਉਸ ਦੇ ਅੰਦਰ, ਫੈਸਿਲਿਟੀ ਕੀ ਪ੍ਰੋਵਾਈਡ ਕਰ ਰਹੇ ਹਾਂ। ਇਹ ਅਲੱਗ ਅਲੱਗ ਪੁਆਇੰਟ ਦੇ ਐਗਜ਼ਾਮਪਲ ਹੈ ਜੀ, ਪਲੀਜ਼ ਇਹ ਵੀ ਕਾਪੀ ਦੇ ਵਿੱਚ ਨਹੀਂ, ਤੁਹਾਡੀ ਬੁੱਕਸ ਕਿਸੇ ਨੋਟ ਦੇ ਵਿੱਚ ਨਹੀਂ ਹੈਗਾ, ਪਲੀਜ਼ ਇਹਨੂੰ ਨੋਟ ਕਰ ਲਓ। ਇਹ ਸਾਰੇ ਸਾਰੇ PDF ਦੇ ਨਾਲ ਹੀ ਅਟੈਚ ਨੇ ਜੀ, ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਪਰ ਨਾਲ ਇਹ ਨੋਟ ਜ਼ਰੂਰ ਕਰਨਾ ਹੈ ਕਿ ਇਹ ਇੰਪੋਰਟੈਂਟ ਕਾਹਦੇ ਵਾਸਤੇ ਹੈ ਜੀ, ਕੁਸ਼ਚਨ ਵਾਸਤੇ, ਸਟੇਟਮੈਂਟ ਵਾਸਤੇ, ਐਸਰਸ਼ਨ ਰੀਜ਼ਨਿੰਗ ਵਾਸਤੇ, ਇਸ ਵਾਸਤੇ ਤੁਸੀਂ ਨੋਟ ਕਰਨਾ, ਬਾਕੀ ਤਾਂ ਤੁਹਾਨੂੰ PDF ਮਿਲੀ ਹੈ। ਬਰੋਡ ਕੋਗਨੀਟਿਵ ਸਪੀਡ ਲਾਈਨਸ ਕਿ ਟੈਸਟ ਕਿਸ ਤਰੀਕੇ ਨਾਲ ਦਿੱਤਾ ਜਾ ਰਿਹਾ, ਕੀ ਨੁਮੈਰੀਕਲ ਫੈਸਿਲਿਟੀ ਸੀ ਉਹਦੇ ਅੰਦਰ, ਕੀ ਬੇਸਿਕ ਮੈਥ ਸੀ। ਹੁਣ ਤੁਸੀਂ ਦੇਖੋ ਜੀ, ਅੱਜ ਸੁਣਨਾ ਮੈਂ ਗੱਲ ਕਰ ਰਿਹਾ ਜੀ 13 ਫਰਵਰੀ ਨੂੰ, ਅੱਜ 10ਵੀਂ ਕਲਾਸ ਦੇ ਵਿੱਚ ਕੀ ਹੈ ਜੀ, ਬੇਸਿਕ ਮੈਥ ਆ, ਸਟੈਂਡਰਡ ਮੈਥ ਆ, ਆਪਣੇ ਵੇਲੇ ਹੈ ਨਹੀਂ ਸੀ ਆਪਣੇ, ਮਤਲਬ ਜੇ ਤੁਸੀਂ ਮੇਰੀ ਏਜ ਦੇ ਹਿਸਾਬ ਨਾਲ ਲਓ ਜਾਂ ਉਸ ਉਮਰ ਦੇ ਲਿਹਾਜ਼ ਨਾਲ ਤੁਸੀਂ ਉਸ ਤਰੀਕੇ ਨਾਲ 10th ਕੀਤੇ, ਤਾਂ ਉਦੋਂ ਕੋਈ ਬੇਸਿਕ ਸਟੈਂਡਰਡ ਨਹੀਂ, ਸਾਰਾ ਸੇਮ ਹੁੰਦਾ ਸੀ। ਹੁਣ ਕੁਛ ਸਿਲੇਬਸ 11th 12th ਚੋਂ 10ਵੀਂ ਚੋਂ ਹੋਰ ਚੋਂ ਕੱਟ ਹੀ ਦਿੱਤਾ ਫਾਈਨਲ 'ਚ, ਮੈਨੇ ਜਦੋਂ ਪੇਪਰ ਦਿੱਤਾ ਫੁੱਲ ਸਿਲੇਬਸ ਹੁੰਦਾ ਸੀ, ਕੋਈ ਕੱਟਣੇ ਛੱਡਣੇ ਨਹੀਂ, ਕਿਤੋਂ ਵੀ ਕੁਸ਼ਚਨ ਆ ਸਕਦਾ। ਪਰਸੈਪਚੁਅਲ ਸਪੀਡ, ਪ੍ਰੋਸੈਸਿੰਗ ਸਪੀਡ, ਸਿੰਪਲ ਰਿਐਕਸ਼ਨ ਟਾਈਮ ਕੀ ਹੈ, ਬੱਚਿਆਂ ਦਾ ਚੁਆਇਸ ਕਿੱਥੋਂ ਹੈ, ਸਮੈਂਟਿਕ, ਆਹ ਸਮੈਂਟਿਕ ਹੈ ਜੀ, ਸਮੈਂਟਿਕ ਪ੍ਰੋਸੈਸਿੰਗ ਸਪੀਡ ਕੀ ਤੁਸੀਂ ਸੁਣਿਆ, ਸਿਮੈਂਟਿਕ ਕਿਸ ਚੀਜ਼ ਨੂੰ ਪ੍ਰੋਸੈਸ ਕੀਤਾ ਹੈ, ਕਿਸ ਚੀਜ਼ ਬਾਰੇ ਦੱਸਿਆ ਜਾ ਰਿਹਾ, ਜਾਂ ਮੈਂ ਹੁਣ ਬੋਲ ਰਿਹਾ ਤਾਂ ਤੁਹਾਡੀ ਸਿਮੈਂਟਿਕ ਇਨਕੋਡਿੰਗ ਕੀ ਕਹਿ ਰਹੀ ਹੈ, ਮੈਨੂੰ ਅਰੇਜ਼ ਕਰ ਰਿਹਾ ਜੀ ਸਾਰੇ ਇੰਕ ਨੂੰ, ਤਾਂ ਪਲੀਜ਼ ਇਹਨੂੰ ਇੱਕ ਵਾਰ ਬਣਾ ਲਓ। ਫਲੂਇਡ ਇੰਟੈਲੀਜੈਂਸ, ਕ੍ਰਿਸਟਲਾਈਜ਼, ਜਨਰਲ ਮੈਮਰੀ ਲਰਨਿੰਗ, ਬਰੋਡ ਵਿਜ਼ੂਅਲ ਪਰਸੈਪਸ਼ਨ, ਬਰੋਡ ਆਡੀਟਰੀ ਪਰਸੈਪਸ਼ਨ, ਬਰੋਡ ਰਿਟਰੀਵਲ, ਦੁਬਾਰਾ ਵਾਪਿਸ ਆਉਣਾ ਜੇ ਰਿਟਰੀਵ ਕਰਨ ਨੂੰ ਕਹਿੰਦੇ ਆ ਜੀ। ਬਰੋਡ ਕੋਗਨੀਟਿਵ ਸਪੀਡੀਨੈਸ, ਕਿੰਨੀ ਜਲਦੀ ਤਰੀਕੇ ਨਾਲ, ਬਰੋਡ ਮਤਲਬ ਵੱਡੇ ਦੀ ਗੱਲ ਕਰ ਰਿਹਾ ਜੀ, ਬਰੋਡ ਵੱਡਾ ਵਿਊ, ਕੋਗਨੀਟਿਵ ਮਾਈਂਡ ਹੋ ਗਿਆ ਜੀ, ਸਪੀਡੀਨੈਸ ਹੋ ਗਿਆ ਕਿੰਨੀ ਸਪੀਡ ਹੈ ਜੀ, ਪ੍ਰੋਸੈਸਿੰਗ ਕਿਸ ਤਰੀਕੇ ਨਾਲ ਤੁਸੀਂ ਇਹ ਚੀਜ਼ ਨੂੰ ਸਮਝ ਪਾ ਰਹੇ ਹੋ, ਪਲੀਜ਼ ਨੋਟ ਕਰੋ ਜੀ ਜਲਦੀ ਇਹਨੂੰ। ਹੋਪ ਤੁਸੀਂ ਵਧੀਆ ਤਰੀਕੇ ਨਾਲ ਨੋਟ ਕਰ ਲਿਆ ਹੋਏਗਾ ਜੀ। ਫਲੂਇਡ ਇੰਟੈਲੀਜੈਂਸ, ਕ੍ਰਿਸਟਲਾਈਜ਼, ਜਨਰਲ ਮੈਮਰੀ, ਬਰੋਡ, ਵਿਜ਼ੂਅਲ ਪਰਸੈਪਸ਼ਨ, ਆਡੀਟਰੀ, ਰਿਟਰੀਵਲ, ਕੋਗਨੀਟਿਵ ਐਂਡ ਪ੍ਰੋਸੈਸਿੰਗ ਸਪੀਡ। ਇੰਨਾ ਲੈਵਲ 'ਤੇ ਜੌਨ ਕੈਰੋਲ ਦਾ ਜਿਹੜਾ ਕਹਿਣਾ ਸੀ ਕਿ ਆਪਾਂ ਬੱਚੇ ਨੂੰ ਇਸ ਤਰੀਕੇ ਨਾਲ ਦੇਖੀਏ, ਆਪਾਂ ਤਾਂ ਸਿਰਫ ਕਹਿ ਤਾ ਜੀ ਇੱਕ ਆਂਸਰ ਦੇਤਾ ਜੀ, ਵਧੀਆ ਇੰਟੈਲੀਜੈਂਸ ਹੈ ਜੀ, ਬੜਾ ਸਿਆਣਾ ਹੈ ਜੀ, ਸਾਫ਼ ਹੈ ਸੁਥਰਾ ਅਤੇ ਵਧੀਆ ਪੜ੍ਹ ਲਏਗਾ ਅੱਗੇ ਬੱਚੇ। ਆਹ ਚੀਜ਼ਾਂ ਵੀ ਜ਼ਰੂਰਤ ਹੈ, ਕਿਉਂਕਿ ਤੁਸੀਂ ਦੇਖਿਆ ਕੋਈ GRE ਦਾ ਟੈਸਟ ਹੈ, ਕੋਈ ਕੈਟ ਹੈ ਨਾ, ਮੈਟ ਇਸ ਤਰੀਕੇ ਦਾ ਟੈਸਟ ਚੱਲ ਰਿਹਾ, CUET ਟੈਸਟ ਹੈ, CET ਹੁਣ ਤੁਹਾਡੇ ਵਾਲਾ ਟੈਸਟ ਹੈ, ਜਾਂ ਹਰਿਆਣਾ ਦੇ ਵਿੱਚ ਇੱਕ ਪੋਸਟ ਆਈ ਹੈ, ਉਹਦੇ ਵਿੱਚ ਤੁਸੀਂ ਇਹ ਮੰਨ ਕੇ ਚੱਲੋ ਜੇ ਉਹ ਪੋਸਟ ਦੇ ਵਿੱਚ ਕਾਮਨ ਐਂਟਰੈਂਸ ਟੈਸਟ ਵੀ ਕਲੀਅਰ ਕਰਨਾ, ਦੁਬਾਰੇ ਫਿਰ ਇੱਕ ਟੈਸਟ ਕਲੀਅਰ ਕਰਨਾ, ਫਿਜ਼ੀਕਲ ਫਿਰ ਕਲੀਅਰ ਕਰਨਾ, ਫਿਰ ਜਾ ਕੇ ਕਿਤੇ ਜੋਬ ਮਿਲਣੀ, ਫਿਰ ਕੋਈ ਤਾਂ ਸਪੀਡਿੰਗ ਵਾਲਾ ਟੈਸਟ ਹੁੰਦਾ, ਕਿਤੇ ਟਾਈਪਿੰਗ ਹੁੰਦਾ, ਬਹੁਤ ਸਾਰੀਆਂ ਚੀਜ਼ਾਂ ਇਸ ਦੇ ਦੌਰਾਨ ਆਉਂਦੀਆਂ, ਜਿਹੜੀ ਜੌਨ ਕੈਰੋਲ ਦੀ ਗੱਲ ਸੀਗੀ ਦੱਸਣ ਵਾਲੀ। ਹਾਂਜੀ, ਕ੍ਰਿਟਿਕਸ ਤਾਂ ਸਾਰਿਆਂ 'ਚ ਹੀ ਸੀ ਜੀ, ਕਿਉਂਕਿ ਕਿਸੇ ਨੇ ਦੇਖ ਲਓ, ਇਹਨਾਂ ਨੇ ਇਹਨਾਂ ਦਾ ਪੁਆਇੰਟ ਨਹੀਂ ਲਿਆ ਜੀ, ਲਓ ਜੀ ਇਹਨਾਂ ਨੇ ਨਾ ਲਿਆ ਫਲੂਇਡ, ਕ੍ਰਿਸਟਲ, ਉਹ ਤੋਂ ਬਾਅਦ ਇਹਨਾਂ ਨੇ ਅਲੱਗ ਅਲੱਗ ਚੀਜ਼ਾਂ ਬਣਾਤੀਆਂ। ਇੱਥੇ ਹੋਰ ਜਿਹੜਾ ਚੀਜ਼ਾਂ ਤੁਹਾਨੂੰ ਬੇਸਿਕ ਤਾਂ ਸਮਝਾਇਆ, ਇਹਦੇ ਵਿੱਚ ਕੁਛ ਪੁਆਇੰਟ ਡਾਕਟਰ ਗਾਰਡਨਰ ਸਾਹਿਬ ਲੈ ਜਾਣਗੇ, ਹਾਰਵਰਡ ਗਾਰਡਨਰ। ਕੈਰੋਲ ਦੇ ਹਰਾਰੀਕਲ ਥਿਊਰੀ ਇਸ ਸੈਂਸ, ਜਿਹੜਾ ਕੈਰੋਲ ਦਾ ਇੱਕ ਵਾਰ ਕੁਸ਼ਚਨ ਆਉਂਦਾ, ਮਤਲਬ ਸ਼ਿਫਟ 1 ਜਾਂ ਸ਼ਿਫਟ 2 ਦੇ ਵਿੱਚ ਹਿਸਾਬ ਨਾਲ ਲਿੱਤਾ ਜਾਂਦਾ। ਅਸੈਂਸ਼ਲੀ ਕੰਪਰੋਮਾਈਜ਼ ਬਿਟਵੀਨ ਜਨਰਲ ਐਂਡ ਡਿਸਟਿੰਕਟ ਐਬਿਲਿਟੀਜ਼ ਵਿਊ ਆਫ ਇੰਟੈਲੀਜੈਂਸ, ਇਹ ਦੱਸਦੇ ਸੀ। ਜਾਂ ਤਾਂ ਕੰਪਰੋਮਾਈਜ਼ ਕੀ, ਜੇ ਜੀ ਦੇ ਵਿੱਚ ਹੋ ਗਿਆ ਤਾਂ ਸਪੈਸੀਫਿਕ ਵਿੱਚ ਕੁਛ ਹੋਊਗਾ, ਜੇ ਸਪੈਸੀਫਿਕ 'ਚ ਕੁਛ ਹੋਊਗਾ, ਜਨ ਦੋਵਾਂ 'ਚ ਕੋਈ ਕੰਪਰੋਮਾਈਜ਼ ਬਿਠਾਉਣਾ ਪਊਗਾ। ਸਮ ਕ੍ਰਿਟਿਕਸ ਸਟਿਲ ਫਾਈਂਡ ਇਟ ਇਜ਼ ਅਨਸੈਟਿਸਫੈਕਟਰੀ, ਉਹਨਾਂ ਨੂੰ ਇਸ ਗੱਲ 'ਤੇ ਕੋਈ ਸੈਟਿਸਫੈਕਸ਼ਨ ਨਹੀਂ ਹੋਈ, ਉਹ ਇਸ ਗੱਲ ਨਾਲ ਬਿਲਕੁਲ ਐਗਰੀ ਨਹੀਂ ਕਰਦੇ ਸੀ, ਸਹਿਮਤ ਨਹੀਂ ਸੀਗੇ ਜੀ, ਬਿਕੋਜ਼ ਇਟ ਇਗਨੋਰਡ ਦੀ ਰਿਸਰਚ ਐਂਡ ਥਿਊਰੀ ਔਨ ਕੋਗਨੀਟਿਵ ਡਿਵੈਲਪਮੈਂਟ। ਉਹਨਾਂ ਨੇ ਇਹ ਕਿਹਾ ਕਿ
ਸਹਿਮਤੀ ਕੀਤੇ ਨੇ ਭਾਈ ਕਿਸੇ ਦਾ ਮਾਇੰਡ ਜ਼ਿਆਦਾ ਤੇਜ਼ ਹੋ ਸਕਦਾ, ਉਹ ਰਿਸਰਚ ਕਰ ਵੀ ਸਕਦਾ, ਕੋਈ ਰਿਸਰਚ ਨਹੀਂ ਵੀ ਕਰ ਸਕਦਾ। ਮੰਨ ਲਓ ਤੁਹਾਡੇ ਨਾਲ CDP ਦੀ ਕੋਰਸ ਦੀ ਟ੍ਰੇਨਿੰਗ ਚੱਲ ਰਹੀ ਹੈ, ਹੁਣ ਇਹ ਸਾਰੀਆਂ ਚੀਜ਼ਾਂ ਐਗਜ਼ਾਮ ਪੁਆਇੰਟ ਹੋ ਗਏ, ਉਹਨਾਂ ਨਾਲ ਤੁਹਾਡੇ ਗ੍ਰੈਜੂਏਸ਼ਨ ਆ, ਤੁਹਾਡੇ ਪੋਸਟ ਗ੍ਰੈਜੂਏਸ਼ਨ ਆ, ਤੁਹਾਡੇ ਕੋਰਸ ਨਾਲ ਸੰਬੰਧਿਤ ਨੇ, ਤੁਹਾਡੀ ਸੁਸਾਇਟੀ ਦੇ ਲਾਈਫ ਨਾਲ ਵੀ ਸੰਬੰਧਿਤ ਨੇ। ਇਹੀ ਤਾਂ ਆਪਾਂ ਬੱਚੇ ਨੂੰ ਪ੍ਰੋਮਿਸ ਕਰਦੇ ਹੁੰਦੇ। ਮੈਂ ਤੁਹਾਨੂੰ ਰਿਸਰਚ ਵਾਲਾ ਵਰਡ ਹਮੇਸ਼ਾ ਦੱਸਿਆ ਜਦੋਂ ਤੁਹਾਨੂੰ ਪੜ੍ਹਾਉਣਾ ਸ਼ੁਰੂ ਕੀਤਾ ਹਰ ਇੱਕ ਕਲਾਸ ਦੇ ਵਿੱਚ, ਕਿ ਮਾਡਰਨ ਡੇ ਦੇ ਵਿੱਚ ਟੀਚਰ ਕਿਹੜਾ ਜੀ, ਆਪਾਂ ਅੱਜ ਦੀ ਨਹੀਂ ਸਾਰੇ ਸਮੇਂ ਦੀ ਗੱਲ ਕਰ ਰਹੇ ਹਾਂ, ਕਿ ਰਿਸਰਚ ਹੈ ਜੀ, ਲਰਨਿੰਗ ਹੈ ਅਤੇ ਟੀਚਿੰਗ ਮੈਥੋਡੋਲੋਜੀ ਹੈ। ਰਿਸਰਚ ਲਰਨਿੰਗ ਨਾਲ ਨਾਲ ਸਿੱਖਦਾ ਰਹੇ, ਜੋ ਟੀਚਿੰਗ ਪ੍ਰੈਕਟਿਸ ਐਡ ਹੋ ਰਹੀਆਂ ਉਹ ਹੈ। ਹੁਣ ਕੁਛ ਕੀ ਹੈ, ਉਹੀ ਮੈਥਡ ਨਾਲ ਐਕਸ ਇਜ ਇਕਲ ਟੂ ਦਿਸ, ਦਿਸ ਇਕਲ ਟੂ ਦਿਸ, ਜਿਹੜੀ ਆਪਾਂ NCERT ਵਾਲੀ ਐਗਜ਼ਾਮਪਲ ਲਿੱਤੀ ਕਿ ਜੀ ਉਹਦੇ ਵਿੱਚ ਕੋਈ ਪੈਸੇਜ ਨਹੀਂ ਹੁੰਦਾ ਜੀ, ਕੁਛ ਨਹੀਂ ਹੁੰਦਾ, ਬਸ ਇਕੱਲੇ ਸੈਂਪਲ ਪੇਪਰ ਜ਼ਰੂਰ ਹੁੰਦੇ ਆ, ਸੈਂਪਲ ਪੇਪਰ ਜਿਹੜੇ ਹੁੰਦੇ ਆ ਵੈਬਸਾਈਟ 'ਤੇ ਹੁੰਦੇ ਆ ਉਹਨਾਂ ਦੀ, ਅਤੇ ਲੇਕਿਨ ਕਿਤਾਬਾਂ ਦੇ ਵਿੱਚ ਨਹੀਂ ਹੁੰਦਾ ਜੀ। ਹਾਂਜੀ, ਬਰੋਡਰ ਥਿਊਰੀ ਆਫ ਇੰਟੈਲੀਜੈਂਸ, ਹੁਣ ਥੋੜ੍ਹੀ ਜੀ ਜਿਹੜੀ ਇਹ ਕੈਟੇਗਰੀ ਹੈ ਕੀ ਹੋਊਗੀ ਜੀ, ਬਰੋਡ ਹੋਊਗੀ, ਇਹ ਆਪਣੀ ਅੱਜ ਦੇ ਸੈਸ਼ਨ ਦੇ ਹਿਸਾਬ ਨਾਲ ਕੀ ਹੋਏਗੀ ਜੀ, ਲਾਸਟ ਇਹਨੂੰ ਆਪਾਂ ਕੰਕਲੂਡ ਕਰਾਂਗੇ, ਫਿਰ ਆਪਾਂ ਅਗਲੀਆਂ ਥਿਊਰੀਆਂ ਅਗਲੇ ਸੈਸ਼ਨ ਦੇ ਵਿੱਚ, ਅਗਲਾ ਮਤਲਬ ਨੈਕਸਟ ਵਾਲਾ ਪਾਰਟ ਚੱਲਣਗੇ ਹਲੇ ਅੱਗੇ ਪਾਰਟ, ਕਿ ਆਪਾਂ ਜੀ ਅੱਜ ਜਿਹੜਾ ਕੈਰੋਲੀ ਥਿਊਰੀ ਪੜ੍ਹ ਲਈ ਜੀ, ਕੈਟਲ ਵਾਲੀ ਪੜ੍ਹ ਲਈ, ਸਪੀਅਰਮੈਨ ਵਾਲੀ ਪੜ੍ਹ ਲਈ, ਚੌਥੀ ਥਿਊਰੀ ਕਿਹੜੀ ਹੋਊਗੀ ਜੀ ਗਾਰਡਨਰ ਸਾਹਿਬ ਦੀ, ਇਹਦਾ ਮੈਂ ਤੁਹਾਨੂੰ ਸ਼ੋਰਟਕੱਟ ਪਹਿਲਾਂ ਵੀ ਲਿਖਾਇਆ ਕਿਉਂਕਿ ਬੇਸਿਕ ਦੇ ਵਿੱਚ ਦੱਸਿਆ ਸੀ, ਅੱਜ ਵੀ ਲਿਖ ਲਓ SBI, ਪਰ ਅੱਜ ਆਪਾਂ ਕੀ ਕਰ ਰਹੇ ਹਾਂ ਜੀ, ਨਾਲ ਨਾਲ ਕੰਪੈਰੀਜ਼ਨ ਕਰ ਰਹੇ ਹਾਂ, ਇੱਕ ਇੱਕ ਚੀਜ਼ ਕਿੱਥੋਂ ਆ ਰਹੀ ਹੈ ਉਸ ਤਰੀਕੇ ਨਾਲ ਚੱਲ ਰਹੇ ਹਾਂ। SBI INLLM, ਸਟੇਟ ਬੈਂਕ ਆਫ ਇੰਡੀਆ ਸੇ ਲੋਨ ਲੈਣਾ ਹੈ, ਕਿੱਥੋਂ ਮਿਲੂਗਾ ਜੀ, ਬੰਬੇ ਵਾਲੀ ਬ੍ਰਾਂਚ 'ਚੋਂ ਮਿਲੂਗਾ, ਇਸ ਤਰੀਕੇ ਦਾ ਸ਼ੋਰਟਕੱਟ ਹੈ, ਕਿਉਂਕਿ ਇਹਦੇ ਜਿਹੜੇ ਵਰਡ ਨੇ SLLMLI, ਇਹ ਚੀਜ਼ਾਂ ਮੈਂ ਤੋੜੀਆਂ ਹੋਈਆਂ ਉਹਦੇ ਵਿੱਚ, ਇਹਨੂੰ ਮੈਮੋਨਿਕਸ ਕਹਿ ਦਿੰਦੇ ਆ ਜੀ, ਮੈਮੋਨਿਕਸ ਸ਼ੋਰਟ, ਜਿਵੇਂ ਆਪਣੇ ਪੇਰੈਂਟਸ ਨੇ ਆਪਾਂ ਨੂੰ ਸਿਖਾਇਆ ਨਾ ਜਨਵਰੀ ਫਰਵਰੀ ਮਾਰਚ ਅਪ੍ਰੈਲ, ਇਸ ਇੱਕ ਸ਼ੋਰਟਕੱਟ। ਹਾਵਰਡ ਗਾਰਡਨਰ ਪ੍ਰਪੋਜ਼ਡ ਏ ਥਿਊਰੀ ਆਫ ਮਲਟੀਪਲ ਇੰਟੈਲੀਜੈਂਸ ਵਿੱਚ ਹੀ ਆਇਡੈਂਟੀਫਾਈਡ 9 ਡਿਸਟਿੰਕਟ ਟਾਈਪਸ ਆਫ ਇੰਟੈਲੀਜੈਂਸ, ਕਈ ਜੀ 8 ਹੀ ਮੰਨਦੇ ਆ ਜੀ, ਨੋਮੀਓ ਐਗਜ਼ਿਸਟੈਂਸ਼ੀਅਲਿਜ਼ਮ ਦੀ ਗੱਲ ਕਹਿ ਦਿੰਦੇ ਹੁੰਦੇ ਆ, ਇਹ ਆਪਾਂ 8 ਪੁਆਇੰਟ ਦੇਖਿਆ ਜੀ, 1 2 3 4 5 6 7 8 ਈ ਵਾਲਾ ਪਾਰਟ ਆਪਾਂ ਇੱਥੇ ਦੇਖਦੇ ਹਾਂ। ਫਸਟ 3 ਇੰਟੈਲੀਜੈਂਸ ਆਰ ਇਨਕਲੂਡਡ ਇਨ ਦੀ ਸਾਈਕੋਮੀਟ੍ਰਿਕ ਥਿਊਰੀ, ਜਿਹੜਾ ਪਹਿਲਾਂ ਥਿਊਰੀਆਂ 3 ਪੜ੍ਹੀਆਂ, ਕੈਰੋਲ, ਕੈਟਲ ਅਤੇ ਸਪੀਅਰਮੈਨ। ਲਿੰਗੁਇਸਟਿਕ ਆ ਦੇਖੋ ਜੀ, ਆਪਾਂ ਦੂਸਰੇ ਪੈਨਲ ਦੇਖ ਲੈਂਦੇ, ਐਲ ਲਿੰਗੁਇਸਟਿਕ, ਲੋਜੀਕਲ ਆਹ ਵਾਲੀ ਐਸ ਜੀ, ਇਹ 3 ਥਿਊਰੀਆਂ, 3 ਪੁਆਇੰਟ, ਤਾਂ ਹੀ ਮੈਂ ਕਿਹਾ ਭੁੱਲਣਾ ਨਹੀਂ, ਕਿਉਂਕਿ ਐਗਜ਼ਾਮ ਦੇ ਵਿੱਚ ਜਿਹੜਾ CTET ਦਾ ਪੇਪਰ ਇਸ ਵਾਰ ਅਪਰੋਕਸੀਮੇਟਲੀ ਜਨਵਰੀ ਦੇ ਮਹੀਨੇ ਦੇ ਵਿੱਚ ਹੋਇਆ, ਸ਼ਾਇਦ 21 ਜਨਵਰੀ ਜਾਂ 12 ਜਨਵਰੀ, ਮੈਨੂੰ ਥੋੜ੍ਹਾ ਸਲਿਪਿੰਗ ਹੈ ਡੇਟ, 21 ਜਨਵਰੀ ਨੂੰ, 12 ਜਨਵਰੀ ਨੂੰ ਸ਼ਾਇਦ ਪੇਪਰ ਹੋਇਆ ਸੀ, 12 ਜਨਵਰੀ ਨੂੰ ਸੰਡੇ ਵਾਲੇ ਦਿਨ ਜਾਂ ਹੋਰ ਸ਼ਿਫਟਾਂ ਦੇ ਵਿੱਚ ਵੀ ਹੋਇਆ, ਉਹਦੇ ਵਿੱਚ ਬਹੂਬੀ ਸੇਮ ਇਹ ਕੁਸ਼ਚਨ ਸੀਗਾ ਜੀ, ਕਿ ਇਹ ਕਿਹੜੀ ਇੰਟੈਲੀਜੈਂਸ ਹੈ ਜੀ, ਇਹਨੇ ਪ੍ਰੋਪਰਟੀ ਕਿ ਲਿੰਗੁਇਸਟਿਕ 'ਚ ਕੀ ਆਉਂਦਾ, ਲੋਜੀਕਲ 'ਚ ਕੀ ਆਉਂਦਾ, ਸਪਾਸ਼ੀਅਲ ਦੇ ਵਿੱਚ ਕੀ ਆਉਂਦਾ। ਅਗਲੀ ਸਲਾਈਡ ਦੇ ਵਿੱਚ ਵੀ ਸਾਰੀਆਂ ਚੀਜ਼ਾਂ ਹੋਣਗੀਆਂ, ਮੈਂ ਜਦੋਂ ਕਿਉਂਕਿ ਹਮੇਸ਼ਾ ਮੈਂ ਰਿਵੀਜ਼ਨ ਕਰਾਉਂਦਾ ਹੁਣ ਅਗਲੀ ਕਲਾਸ 'ਚ ਆਉਣ ਤੋਂ ਪਹਿਲਾਂ, ਉੱਥੇ ਵੀ ਤੁਹਾਨੂੰ ਦਿਖਾਵਾਂਗਾ, ਕਿਉਂਕਿ ਕੋਈ ਵੀ ਪੁਆਇੰਟ ਆਪਾਂ ਛੱਡਦੇ ਨਹੀਂ। ਲਿੰਗੁਇਸਟਿਕ ਜੀ, ਆ ਲਓ ਜੀ ਆ ਗਿਆ ਜੀ, ਸੈਂਸਿਟੀਵਿਟੀ ਟੂ ਦੀ ਮੀਨਿੰਗ, ਸਾਊਂਡ ਆਫ ਵਰਡਸ ਆ ਗਿਆ ਜੀ, ਕੀ ਸ਼ਬਦ ਦਾ ਮੀਨਿੰਗ ਸੀ, ਸੋਰੀ, ਅਪੋਲੋਜੀਜ, ਪਾਰਡਨ ਮੀ, ਇਸ ਤਰੀਕੇ ਨਾਲ ਸ਼ਬਦਾਂ ਦੀ ਜਿਹੜੀ ਸਾਊਂਡ ਹੈ ਧਵਨੀ ਉਹ ਕੀ ਕਹਿ ਰਹੀ ਹੈ। ਮਾਸਟਰੀ ਆਫ ਸਿੰਟੈਕਸ, ਐਪਰੀਸ਼ੀਏਸ਼ਨ ਆਫ ਦੀ ਵੇਜ ਲੈਂਗੁਏਜ ਕੈਨ ਬੀ ਯੂਜ਼ਡ, ਕਿਸ ਤਰੀਕੇ ਨਾਲ ਉਹਨੂੰ ਪ੍ਰਭਾਵਿਤ ਕੀਤਾ, ਕਿਸ ਤਰੀਕੇ ਨਾਲ ਉਹਨੂੰ ਸ਼ਾਬਾਸ਼ੀ ਦਿੱਤੀ ਜਾ ਰਹੀ ਹੈ। ਲੋਜੀਕਲ, ਮੈਥੇਮੈਟੀਕਲ, ਅੰਡਰਸਟੈਂਡਿੰਗ ਆਫ ਓਬਜੈਕਟ ਐਂਡ ਸਿੰਬਲਸ, ਕਈ ਵਾਰ ਉਹ ਸਮਝ ਨਹੀਂ ਆਉਂਦੇ ਕਿਵੇਂ ਜੀ, ਹੁਣ ਇਹ
ਅੱਛਾ ਇਹ ਪਲੱਸ ਥੋੜ੍ਹਾ ਜਿਹਾ ਟਿਲਟਡ ਹੈ, ਪਲੱਸ ਵਰਗਾ ਲੱਗ ਰਿਹਾ, ਮਲਟੀਪਲਾਈ ਹੈ ਜਾਂ ਫਿਰ ਇਹ ਐਕਸ ਹੈ, ਹੁਣ ਜਿਵੇਂ ਪੀ ਹੈ ਜਾਂ ਸਮਾਲ ਪੀ ਇਸ ਤਰੀਕੇ ਨਾਲ, ਕਿ ਕਿਆ ਇਹ ਬਣਾ ਰਹੇ ਹੈ। ਜਾਂ ਤਾਰੇ ਜ਼ਮੀਨ ਪਰ ਆਪਾਂ ਮੂਵੀ ਦੀ ਗੱਲ ਕੀਤੀ, ਉਹਨੂੰ ਕਈ ਵਾਰ ਕੀੜੇ ਮਕੌੜੇ ਨਜ਼ਰ ਆ ਰਹੇ ਸੀ, ਜਿਵੇਂ ਆਪਾਂ ਡਿਸੇਬਿਲਟੀ ਦੀ ਗੱਲ ਵੀ ਕੀਤੀ। ਅੰਡਰਸਟੈਂਡਿੰਗ ਆਫ ਓਬਜੈਕਟ ਐਂਡ ਸਿੰਬਲਸ ਐਂਡ ਐਕਸ਼ਨ ਆਫ ਦੈਟ ਵੁੱਡ ਬੀ ਪਰਫੋਰਮਡ ਔਨ ਦੈਮ ਔਰ ਦੇ ਰਿਲੇਸ਼ਨ ਬਿਟਵੀਨ ਦੀਜ਼ ਐਕਸ਼ਨ, ਅਬਿਲਿਟੀ ਟੂ ਆਡੈਂਟੀਫਾਈ ਪ੍ਰੋਬਲਮਸ ਐਂਡ ਐਕਸਪਲੇਨੇਸ਼ਨ, ਜਿਵੇਂ ਗ੍ਰੇਟਰ ਦੈਨ ਇਕੁਅਲ ਟੂ, ਲੈਸ ਦੈਨ ਇਕੁਅਲ ਟੂ, ਇਸ ਤਰੀਕੇ ਨਾਲ ਕੋਈ ਸਿਚੁਏਸ਼ਨ ਬਣਾਈ ਜਾਵੇ, ਐਕਸਲਮੇਸ਼ਨ ਕਿ ਸਿੰਬਲਸ ਨੂੰ ਕਿਸ ਤਰੀਕੇ ਨਾਲ ਦੇਖਿਆ ਜਾ ਰਿਹਾ, ਜਾਂ ਜਿਹੜੇ ਓਬਜੈਕਟ ਨੇ ਟ੍ਰਾਇੰਗਲ ਹੈ, ਰੈਕਟੈਂਗਲ ਹੈ, ਰੋਮਬਸ ਹੈ, ਉਸ ਤਰੀਕੇ ਨਾਲ ਪੈਰਲੈਲੋਗ੍ਰਾਮ ਹੈ, ਪਿਕਚਰ ਓਬਜੈਕਟ ਦੀ ਗੱਲ ਕੀਤੀ ਜਾ ਰਹੀ ਹੈ। ਸਪਾਸ਼ੀਅਲ ਕਪੈਸਿਟੀ ਟੂ ਪਰਸਿਊ ਦੀ ਵਿਜ਼ੂਅਲ ਵਰਲਡ ਐਕੂਰੇਟਲੀ, ਕਿ ਸਾਹਮਣੇ ਜੋ ਚੀਜ਼ ਨਜ਼ਰ ਆ ਰਹੀ, ਜਿਵੇਂ ਬਹੁਤ ਸਾਰਿਆਂ ਨੂੰ ਮੂਨ ਦੇ ਵਿੱਚ ਪਿਕਚਰ ਨਜ਼ਰ ਆਉਂਦੇ ਅਲੱਗ ਅਲੱਗ, ਜਿਵੇਂ ਆਪਾਂ ਸਪਤਰੀਸ਼ੀ ਕਹਿ ਦਿੰਦੇ ਹਾਂ ਜੀ, ਸਪਤਰੀਸ਼ੀ ਕੌਂਸਲੇਸ਼ਨ ਹੋ ਗਈ ਨਾ ਜੀ, ਕਿ ਉਹ ਸਟਾਰ ਉਹਦੇ ਨਾਲ ਮੈਚ ਕਰ ਰਿਹਾ, ਉਹ ਸਟਾਰ ਉਹਦੇ ਨਾਲ ਮੈਚ ਕਰ ਰਿਹਾ, ਕਈ ਇੱਦਾਂ ਹੀ ਦੇਖੇ ਜਾਣਗੇ, ਅੱਛਾ ਕਿੱਧਰ ਗਿਆ ਉਹ, ਭੁੱਲ ਗਿਆ ਇੱਧਰ ਰਹਿ ਗਿਆ, ਕਈਆਂ ਦੇ ਲਈ ਬਣ ਜਾਂਦਾ, ਕਈਆਂ ਦੇ ਲਈ ਨਹੀਂ ਬਣਦਾ। ਪਰਫੋਰਮ ਟਰਾਂਸਫੋਰਮੇਸ਼ਨ ਅਪੋਨ ਪਰਸੈਪਸ਼ਨਸ ਐਂਡ ਟੂ ਰੀਕ੍ਰੀਏਟ, ਦੁਬਾਰਾ ਚੀਜ਼ਾਂ ਰੀਕ੍ਰੀਏਟ ਕਰ ਸਕਦੇ ਹੈ ਆਪਦੇ ਵਿਜ਼ੂਅਲ ਐਕਸਪੀਰੀਅੰਸ ਲੈ ਕੇ, ਜਿਵੇਂ ਕਈਆਂ ਨੇ ਆਪਦੇ ਦਿਮਾਗ ਦੇ ਵਿੱਚ ਵਿਜ਼ੂਅਲ ਸੋਚਿਆ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਬਣਾਤਾ, ਅਲੈਕਸਾ ਸੀਰੀ ਬੋਲਣ ਵਾਲਾ, ਕਈ ਨੇ ਵਿਜ਼ੂਅਲਾਈਜ਼ ਕੀਤਾ, ਅੱਛਾ ਫੋਨ ਕਿੱਥੇ ਆ ਗਿਆ, ਹੱਥ 'ਚ ਆ ਗਿਆ, ਕਿਵੇਂ, ਕਿਉਂਕਿ ਉਸ ਤੋਂ ਪਹਿਲਾਂ ਕੀ ਸੀਗਾ ਜੀ, ਇਸ ਤਰੀਕੇ ਨਾਲ ਫੋਨ ਹੁੰਦਾ ਸੀ, ਫਿਰ ਆਪਾਂ ਐਂ ਬੋਲਦੇ ਹੁੰਦੇ ਸੀ, ਹਾਂਜੀ ਐਂ ਸੁਣ ਕੇ, ਜਾਂ ਉਹ ਡਾਇਲ ਕਰਦੇ ਹੁੰਦੇ ਸੀ, ਇਹ ਫੋਨ ਇੱਥੇ ਆ ਗਿਆ, ਜਾਂ ਫਿਰ ਹੁਣ ਇੱਥੇ ਰਿਵਰ ਲੱਗ, ਹਾਂਜੀ ਹੈਲੋ, ਮਾਈਕ ਦੀ ਵੀ ਜ਼ਰੂਰਤ ਨਹੀਂ, ਉਹ ਆਪਣੇ ਆਪ ਹੀ ਸਾਊਂਡ ਕੈਚ ਕਰ ਰਹੇ ਆ, ਇਹ ਚੀਜ਼ਾਂ ਦੀ ਗੱਲ ਹੈ। ਇਨ ਦੀ ਐਬਸੈਂਸ ਆਫ ਫਿਜ਼ੀਕਲ ਚੀਜ਼ਾਂ ਜਦੋਂ ਨਹੀਂ ਹੁੰਦੀਆਂ, ਸਟਿਮੂਲਾਈ ਨਹੀਂ ਹੁੰਦਾ। ਹਾਂਜੀ SBI ਲੋਨ ਲੇਂਗੇ ਜਾਂ ਲੋਨ ਲੈਣਾ ਹੈ ਮੁੰਬਈ। ਹਾਂਜੀ M ਮਿਊਜ਼ੀਕਲ ਬੋਡੀਲੀ ਕਨੈਸਥੈਟਿਕ ਮੀਨਸ ਮੂਵਮੈਂਟ ਹੋ ਗਿਆ ਜੀ। ਇੰਟਰਪਰਸਨਲ ਯਾਦ ਰੱਖਿਓ, ਇੰਟਰ ਦਾ ਮਤਲਬ ਕੀ ਹੋਏਗਾ ਜੀ, ਸਾਰਿਆਂ ਨਾਲ, ਜਦੋਂ ਈ ਵਰਡ ਕਿਤੇ ਵੀ ਆ ਜਾਏ ਲਿਖ ਲਓ ਜੀ ਕਾਪੀ 'ਤੇ, ਇੰਟਰ ਮਤਲਬ ਈ ਮਤਲਬ ਸਾਰਿਆਂ ਨਾਲ, ਜਦੋਂ ਏ ਆ ਜਾਏ ਮਤਲਬ ਆਪਦੇ ਨਾਲ, ਨੈਚੁਰਲਿਸਟਿਕ, ਆਹ ਜਿਹੜਾ ਤੁਹਾਨੂੰ ਮੈਂ ਦੱਸਿਆ ਸੀ ਐਗਜਿਸਟੈਂਸ਼ੀਅਲਿਜ਼ਮ ਦੀ ਜਾਂ ਐਗਜਿਸਟ ਦੀ ਗੱਲ ਕਰਦੇ ਸੀ, ਵੀ ਐਗਜਿਸਟ ਹੈਗਾ ਨਹੀਂ ਹੈਗਾ, ਇਹਦੇ ਵਿੱਚ ਪੁਆਇੰਟ ਦੇਖ ਲਓ ਜੀ, ਆਪਣਾ ਬੋਡੀਲੀ ਵਾਲਾ ਵੀ ਕਵਰ ਹੋ ਗਿਆ ਜੀ, ਆਈ ਦੋ ਵਾਰ ਹੈ, ਆਈ ਇੰਟਰਾ ਇੰਟਰ, ਨੇਚਰ ਮਿਊਜ਼ਿਕ, LL ਅਤੇ S ਆਪਾਂ ਕਰ ਚੁੱਕੇ ਸੀ, ਜਿਹੜਾ ਆਪਾਂ ਸ਼ਾਰਟਕੱਟ ਬਣਾਇਆ ਆਹ ਈ ਵਾਲਾ ਦੇਖ ਸਕਦੇ। ਹਾਂਜੀ ਹੁਣ ਇਹਨਾਂ ਬਾਰੇ ਆਪਾਂ ਡਿਸਕਸ ਕਰ ਰਹੇ ਹਾਂ ਕਿ ਇਹ ਮਿਊਜ਼ੀਕਲ ਬੋਡੀਲੀ ਇੰਟਰਪਰਸਨਲ ਇੰਟਰਾ ਨੈਚੁਰ ਅਤੇ ਐਗਜੈਂਸ਼ੀਅਲਿਜ਼ਮ ਇਹ ਆਪਾਂ ਨੂੰ ਕੀ ਦੱਸ ਰਹੇ ਨੇ ਜਾਂ ਕੀ ਅੰਦੇਸ਼ਾ ਕਰ ਰਹੇ ਨੇ। ਮਿਊਜ਼ੀਕਲ ਸੈਂਸਿਟੀਵਿਟੀ ਟੂ ਇੰਡੀਵਿਜੁਅਲ ਟੋਨ, ਹੁਣ ਆਪਾਂ ਕਹਿੰਦੇ ਜੀ ਉਹਨੇ ਡਾਂਸ ਕੀਤਾ, ਇੱਕ ਇੱਕ ਧਵਨੀ ਨੂੰ ਸਮਝਿਆ, ਇੱਕ ਇੱਕ ਬੀਟ ਨੂੰ ਸਮਝਿਆ, ਜਾਂ ਉਸ ਤਰੀਕੇ ਨਾਲ ਗਾਇਆ ਬਾਅਦ 'ਚੋਂ ਡਾਂਸ ਦੋਨੇ ਦੀ। ਫਰੇਜ਼ ਆਫ ਮਿਊਜ਼ਿਕ ਅੰਡਰਸਟੈਂਡਿੰਗ ਵੇਜ਼ ਟੂ ਕੰਬਾਈਨ ਦੀ ਟੋਨ ਐਂਡ ਫਰੇਜ਼ਿਸ, ਕੀ ਗਾਣਾ ਕਿੰਨਾ ਸ਼ਾਨਦਾਰ ਬਣਾਇਆ। ਇਨ ਟੂ ਲਾਰਜਰ ਮਿਊਜ਼ੀਕਲ ਰਿਦਮਸ ਐਂਡ ਸਟਰਕਚਰ, ਅਵੇਅਰਨੈਸ ਆਫ ਦੀ ਇਮੋਸ਼ਨਲ ਆਸਪੈਕਟ ਆਫ, ਹੁਣ ਕਈ ਸੌਂਗਸ ਨੇ ਜਿਵੇਂ ਕਿ ਆਪਣੀ ਜਿਹੜੀ ਅਕਸ਼ੇ ਕੁਮਾਰ ਜੀ ਦੀ ਮੂਵੀ ਆਈ ਸੀ ਤੇਰੀ ਹੈ ਨਾ ਮਿੱਟੀ ਮੈਂ ਮਿਲ ਜਾਵਾਂ, ਹੈ ਨਾ ਕੁਛ ਆਇਆ, ਜਿਵੇਂ ਵੀ ਪਰਾਗ ਨੇ ਸ਼ਾਇਦ ਉਹ ਗਾਣਾ ਗਾਇਆ, ਤਾਂ ਉਹਦੇ ਵਿੱਚ ਜਦੋਂ ਗਾਣਾ ਚੱਲਦਾ ਦੇਸ਼ ਭਗਤੀ ਦੇ ਉੱਪਰ, ਠੀਕ ਹੈ, ਉਹ ਸਾਰੀ ਚੀਜ਼ਾਂ ਕੀ ਹੈ, ਇੱਕ ਮਿਊਜ਼ੀਕਲ ਆਪਾਂ ਨੂੰ ਇਮੋਸ਼ਨਲ ਆਸਪੈਕਟ ਕੀ ਹੈ ਜੀ ਪ੍ਰੈਜੈਂਟ ਕਰਦਾ। ਹਾਂ ਠੀਕ ਹੈ ਜੀ, ਮਿਊਜ਼ੀਕਲ ਦੇ ਵਿੱਚ ਆਪਾਂ ਐਗਜ਼ਾਮਪਲ ਦੇ ਸਕਦੇ ਹਾਂ ਜਾਂ ਬੰਦੇ ਮਾਤਰ ਵਾਲਾ, ਜਾਂ ਜੋ ਆਪਾਂ ਇਹ ਸੁਣਦੇ ਹਾਂ, ਜਾਂ ਹੋਰ ਚੀਜ਼ਾਂ ਜਿਹੜੀਆਂ ਆਪਾਂ ਦੇਸ਼ ਭਗਤੀ ਦੇ ਗਾਣੇ ਹੈ, ਉਦੋਂ ਇੱਕ ਜੋ ਟੋਨ ਹੈ ਉਹ ਚੀਜ਼ ਆਪਾਂ ਨੂੰ ਕਿਸ ਤਰੀਕੇ ਨਾਲ ਆਪਾਂ ਨੂੰ ਰੀਪ੍ਰਜੈਂਟ ਕਰ ਰਹੀ ਹੈ। ਬੋਡੀਲੀ ਕਨੈਸਥੈਟਿਕ ਯੂਜ਼ ਆਫ ਵਨਸ ਬੋਡੀ ਇਨ ਹਾਈਲੀ ਸਕਿੱਲਡ ਵੇਜ਼ ਫੋਰ ਐਕਸਪ੍ਰੈਸਿਵ ਗੋਲ ਡਾਇਰੈਕਟਡ ਪਰਪਸ, ਜਿਵੇਂ ਹੁਣ ਕਈ ਜਿਮਨਾਸਟਿਕ ਹੁੰਦੇ ਆ ਜੀ, ਕਪੈਸਿਟੀ ਟੂ ਹੈਂਡਲ ਓਬਜੈਕਟ ਸਕਿੱਲਫੁਲੀ,
ਕਈ ਸ਼ੂਟਿੰਗ ਇਸ ਤਰੀਕੇ ਨਾਲ ਕਰ ਰਹੇ ਹੁੰਦੇ ਆ, ਆਹ ਵਾਲੀ ਜਿਹੜੀ ਬਾਜੂ ਹੈ ਇਸ ਤਰੀਕੇ ਨਾਲ, ਇਹਦਾ ਵੇਟ ਇਸ ਤਰੀਕੇ ਨਾਲ, ਹੈ ਨਾ ਜੀ। ਇੰਟਰਪਰਸਨਲ ਐਬਿਲਿਟੀ ਟੂ ਨੋਟਿਸ ਮੇਕ ਡਿਸਟਿੰਕਸ਼ਨ ਅਮੰਗ ਦੀ ਮੂਡਸ ਟੈਂਪਰਾਮੈਂਟ, ਕਿਸ ਤਰੀਕੇ ਦਾ ਰਿਲੇਸ਼ਨ ਹੈ, ਕੀ ਇੰਟੈਂਸ਼ਨ ਨੇ, ਅਨਇੰਟੈਂਸ਼ਨ ਹੈ, ਕਿਸ ਤਰੀਕੇ ਜਿਹੜੀ ਆਪਾਂ ਨੌਲੇਜ ਉਹਨਾਂ ਨਾਲ ਪਰਸੀਵ ਦੇ ਵਿੱਚ ਲੈ ਕੇ ਆ ਰਹੇ ਹਾਂ। ਹੁਣ ਇਹਦੇ ਵਿੱਚ ਕੀ ਹੋ ਗਿਆ ਜੀ, ਆਪਦੀਆਂ ਫੀਲਿੰਗਸ ਹੋ ਗਈਆਂ ਜੀ, ਕਿਸੇ ਦੀ ਇਮੋਸ਼ਨ ਨੂੰ ਡਰਾ ਕਰਨਾ। ਹੁਣ ਕਈ ਪਰਸਨ ਕਿੱਦਾਂ ਦੇ ਹੁੰਦੇ ਆ, ਉਹ ਰੋਣਾ ਸ਼ੁਰੂ ਕਰ ਦਿੰਦੇ ਆ, ਰੋ ਪਏ, ਸਾਹਮਣੇ ਵਾਲਾ ਥੋੜ੍ਹਾ ਉਦਾਰ ਹੋ ਗਿਆ, ਆਪਾਂ ਕਿਹਾ ਮਗਰਮੱਛ ਵਾਲੇ ਆਂਸੂ ਸੀ, ਉਹਨੇ ਸਾਰੀਆਂ ਗੱਲਾਂ ਕਢਵਾ ਲਈਆਂ। ਇਮੋਸ਼ਨਸ ਟੂ ਗਾਈਡ ਅੰਡਰਸਟੈਂਡ ਵਨ ਦਾ ਬਿਹੇਵੀਅਰ ਰਿਕੋਗਨੀਸ਼ਨ ਐਂਡ ਪਰਸਨਲ ਸਟਰੈਂਥ ਐਂਡ ਵੀਕਨੈਸ, ਕਿੰਨੀਆਂ ਚੀਜ਼ਾਂ ਨੂੰ ਸਮਝ ਰਿਹਾ। ਹੁਣ ਆਪਾਂ ਨੇ ਅੱਜ ਇੱਥੇ ਗੱਲ ਕੀਤੀ ਇੰਟੈਲੀਜੈਂਸ ਦੀ ਗੱਲ ਕੀਤੀ, ਇਹਦੇ ਨਾਲ ਤੁਸੀਂ ਆਪਦੇ ਆਪ ਨਾਲ ਵੀ ਗੱਲ ਕਰ ਸਕਦੇ ਹੋ, ਆਪਦੇ ਸਕੂਲ ਦੇ ਬੱਚਿਆਂ ਹਿਸਾਬ ਦੀ ਗੱਲ ਕਰ ਸਕਦੇ ਹੋ, ਆਪਦੇ ਸੋਸਾਇਟੀ ਸਨ, ਆਪਦੇ ਘਰੇ ਬੱਚੇ ਵਾਸਤੇ ਵੀ ਗੱਲ ਕਰ, ਕਿਸੇ ਬਾਰੇ ਵੀ ਸੋਚ ਸਕਦੇ। ਨੈਚੁਰਲਿਸਟਿਕ ਸੈਂਸਿਟੀਵਿਟੀ ਐਂਡ ਅੰਡਰਸਟੈਂਡਿੰਗ ਆਫ ਪਲਾਂਟਸ, ਕਿ ਪਲਾਂਟਸ ਪ੍ਰਤੀ ਕੀ ਨਜ਼ਰੀਆ, ਕਿ ਸਿਰਫ ਆਪਾਂ ਇਕੱਲਾ ਟੈਰਿਸ ਗਾਰਡਨ ਬਣਾਇਆ ਵਾ ਉਹਨਾਂ ਵਾਲਾ ਨਜ਼ਰੀਆ ਹੈ, ਜਾਂ ਬਾਹਰ ਆਪਾਂ ਬਿਊਟੀਫਿਕੇਸ਼ਨ ਲਈ ਹੈ ਕਿ ਪਲਾਂਟਸ ਨੂੰ, ਐਨੀਮਲਸ ਨੂੰ, ਜਾਂ ਅਦਰ, ਕਿਉਂਕਿ ਜਿਹੜੀ ਚੀਜ਼ਾਂ ਨੇਚਰ ਨਾਲ ਜੁੜੀਆਂ ਹੋਈਆਂ, ਝਰਨਿਆਂ ਪ੍ਰਤੀ, ਨਦੀਆਂ ਪ੍ਰਤੀ, ਕਿ ਆਪਾਂ ਵੇਸਟ ਨਹੀਂ ਕਰਨਾ, ਜਾਂ ਹੁਣ ਜਿਵੇਂ ਮੈਂ ਇੱਕ ਸੋਸ਼ਲ ਮੈਸੇਜ ਹਮੇਸ਼ਾ ਕਲਾਸ 'ਚ ਦਿੰਦਾ, ਜਿਵੇਂ ਹੁਣ ਮੈਂ ਤੁਹਾਨੂੰ ਦੇ ਰਿਹਾ ਕਿ ਆਰ ਓ ਹੈ, ਰਿਵਰਸ ਫੋਰਮੈਟ ਜਿਹਨੂੰ ਆਪਾਂ ਐਕੁਆ ਗਾਰਡ ਕਹਿ ਦਿੰਦੇ ਹਾਂ, ਪਾਣੀ ਹੈ ਜੀ, ਵੇਸਟ ਆ ਰਿਹਾ, ਕਈਆਂ ਦੇ ਘਰੇ ਕੀ ਹੋਊਗਾ ਜੀ, ਉਹ ਸਿੱਧਾ ਡਰੇਨ ਦੇ ਵਿੱਚ ਜਾ ਰਿਹਾ, ਕੁਛ ਨਹੀਂ, ਪਾਈਪ ਨੂੰ ਬਾਹਰ ਕੱਢੋ, ਉਹ ਬੱਕਟ ਲਗਾਓ, ਸਾਗੋਂ ਸਾਰੀ ਨੀਂ ਪਕਾਈ, ਇਹ ਬਹੁਤ ਸਾਰੇ ਨੇਚਰਲਿਸਟਿਕ, ਕਿ ਉਹ ਪਾਣੀ ਇਕੱਠਾ ਕੀਤਾ, ਉਹਨੂੰ ਆਪਾਂ ਪਲਾਂਟਸ ਲਈ ਵੀ ਦੇ ਸਕਦੇ ਹਾਂ, ਉਹਨੂੰ ਆਪਾਂ ਮੋਪਿੰਗ ਝਾੜੂ ਪੋਚੇ ਲਈ ਯੂਜ਼ ਕਰ ਸਕਦੇ, ਉਹਦੇ ਨਾਲ ਆਪਾਂ ਆਪਦੀ ਕਾਰ, ਬਾਈਕ, ਸਾਈਕਲ, ਕੋਈ ਵੀ ਚੀਜ਼ ਸਾਫ਼ ਕਰ ਸਕਦੇ ਹਾਂ, ਡਸਟਿੰਗ ਵਿੱਚ ਵੀ ਯੂਜ਼ ਕਰ ਸਕਦੇ ਹਾਂ ਆਪਣਾ ਜਿਹੜਾ ਥਾਂ, ਉਹ ਵੀ ਤੋਂ ਕੁਛ ਵੀ, ਕਿਸੇ ਵੀ ਪਰਪਜ਼ ਨਾਲ ਤੁਸੀਂ ਉਸ ਪਾਣੀ ਨੂੰ ਯੂਜ਼ ਕਰ ਸਕਦੇ ਹੋ। ਬਟ ਕਈ ਲੋਕ ਕੋਈ ਨਹੀਂ, ਬਹੁਤ ਪਾਣੀ ਹੈ, ਇਹ ਨੈਚੁਰਲ ਦੇ ਰਿਗਾਰਡਿੰਗ ਜਿਹੜੀ ਐਗਜ਼ਾਮਪਲ ਆ ਗਈ, ਜਿਹੜੀ ਸੋਚ ਆ ਗਈ, ਬਹੁਤ ਸਾਰੇ ਨੇ ਕਰਨਾ ਸ਼ੁਰੂ ਵੀ ਕੀਤਾ, ਅਤੇ ਜੇ ਤੁਸੀਂ ਗੱਲ ਸੁਣ ਚੁੱਕੇ ਹੋ, ਤੁਸੀਂ ਵੀ ਸ਼ੁਰੂ ਕਰ ਸਕਦੇ ਹੋ, ਅੱਗੇ ਵੀ ਲੋਕਾਂ ਨੂੰ ਮੋਟੀਵੇਟ ਕਰ ਸਕਦੇ ਹੋ ਕਿ ਜਿਹੜਾ ਉਹ ਪਾਣੀ ਹੈ, ਕੀਮਤੀ ਹੈ, ਫਰੈਸ਼ ਲੈ ਲਿਆ ਆਪਾਂ ਨੇ ਪਾਣੀ, ਉਸ ਪਾਣੀ ਨੂੰ ਸੇਵ ਕਰੋ, ਅਤੇ ਉਹਦੇ ਨਾਲ ਅਲੱਗ ਅਲੱਗ ਕੰਮ ਦੇ ਵਿੱਚ ਆਪਾਂ ਉਹਨੂੰ ਯੂਜ਼ ਕਰ ਸਕਦੇ ਹਾਂ। ਚੰਡੀਗੜ੍ਹ ਦੇ ਵਿੱਚ ਵੈਸੇ ਪਾਣੀ ਡੁੱਲਣ ਦਾ 5,000 ਰੁਪਏ ਦਾ ਫਾਈਨ ਹੈ, ਜੇ ਟੈਂਕੀ ਦੇ ਵਿੱਚ ਵੀ ਪਾਣੀ ਬਾਹਰ ਆ ਰਿਹਾ, ਜੇ ਪੜੋਸੀ ਨੇ ਫੋਟੋ ਖਿੱਚ ਕੇ ਭੇਜਤੀ ਤਾਂ ਫਾਈਨ ਘਰੇ ਆ ਜਾਏਗਾ ਜੀ, ਬਾਹਰ ਵੀ ਸੈਕਟਰ ਦੇ ਬਾਹਰ ਖੜ੍ਹੇ ਹੋ ਕੇ ਪਾਈਪ ਲਾ ਕੇ ਗੱਡੀ ਧੋਣ ਦਾ ਫਾਈਨ ਹੈ, ਬਾਲਟੀ ਦੇ ਵਿੱਚ ਭਰ ਕੇ ਲਾ ਸਕਦੇ ਹੋ, ਬਠਿੰਡੇ ਵੀ ਇੱਕ ਦੋ ਜਗ੍ਹਾ 'ਤੇ ਹੋਰ ਵੀ ਹੈ, ਤਾਂ ਉਹ ਸਿਰਫ ਇੱਕ ਅਲੱਗ ਪਰਪਜ਼ ਹੈ, ਬਟ ਮੈਂ ਜਿਹੜਾ ਤੁਹਾਨੂੰ ਪਰਪਜ਼ ਦੱਸਿਆ ਉਹ ਇੱਕ ਨੇਚਰ ਦੇ ਰਿਗਾਰਡਿੰਗ ਹੈ, ਕਿ ਉਹ ਪਾਣੀ ਨੂੰ ਸੇਵ ਕਰ ਰਹੇ ਹੈ, ਹੋਰ ਚੀਜ਼ਾਂ ਨੂੰ ਵੀ ਆਪਾਂ ਹੈਲਪ ਪਹੁੰਚਾ ਰਹੇ ਹਾਂ, ਅਤੇ ਜਗ੍ਹਾ ਜਗ੍ਹਾ ਪਲਾਂਟਸ ਲਗਾਉਣੇ, ਉਹ ਵੀ ਚੀਜ਼ਾਂ ਜ਼ਰੂਰੀ ਹੈ। ਫਿਰ ਲਾਸਟ ਜਿਹੜੀ ਆਉਂਦੀ ਹੈ ਜੀ, ਐਗਜ਼ੈਂਸ਼ੀਅਲਿਜ਼ਮ, ਸੈਂਸਿਟੀਵਿਟੀ ਟੂ ਇਸ਼ੂਜ਼ ਰਿਲੇਟਡ ਟੂ ਦੀ ਮੀਨਿੰਗ ਆਫ ਲਾਈਫ, ਕਿ ਕਈਆਂ ਲਈ ਜ਼ਿੰਦਗੀ ਦਾ ਮਤਲਬ ਬਹੁਤ ਵੱਡਾ ਹੁੰਦਾ, ਠੀਕ ਹੈ, ਜ਼ਿੰਦਗੀ ਬੜੀ ਲੰਬੀ, ਹੈ ਨਾ, ਇਸ ਤਰੀਕੇ ਨਾਲ ਡੈਥ ਕਈਆਂ ਲਈ ਛੋਟਾ ਜਿਹਾ, ਜਿਵੇਂ ਆਪਸ ਨੂੰ ਕੋਟੇ ਰਿਗਾਰਡਿੰਗ ਆਪਾਂ ਗੱਲ ਕਰਦੇ ਹਾਂ, ਕਈ ਬੱਚੇ ਆਪ ਇਨਸਾਨ, ਹੈ ਨਾ, ਇਸ ਤਰੀਕੇ ਨਾਲ ਮੌਤ ਨੂੰ ਆਪਦੇ ਹੱਥ ਲੈ ਲੈਂਦੇ ਆ, ਐਂਡ ਅਦਰ ਆਸਪੈਕਟ ਆਫ ਦੀ ਹਿਊਮਨ ਕੰਡੀਸ਼ਨ, ਕਿ ਜੀ ਜੋ ਇਨਸਾਨੀਅਤ ਨੂੰ ਕੋਈ ਚੀਜ਼ ਸਮਝਦੇ ਨਹੀਂ, ਸਿਰਫ ਕਾਹਦੇ ਨਾਲ ਲੜਦੇ ਆ ਜੀ, ਇਹੀ ਥੋਟ ਪ੍ਰੋਸੈਸ ਨਾਲ, ਸੋਚ ਦੀ ਇੱਕ ਲੜਾਈ ਹੁੰਦੀ ਹੈ। ਹਾਂਜੀ, ਜਿਹੜੀਆਂ ਆਪਾਂ ਹੁਣ ਚੀਜ਼ਾਂ ਥਿਊਰੀਆਂ ਪੜ੍ਹੀਆਂ ਉਸ ਤਰੀਕੇ ਨਾਲ ਇਹ ਬਣਾਇਆ ਹੋਇਆ ਜੀ ਮੈਨੇ ਸਾਰੀ ਸਲਾਈਡ। ਕੁਸ਼ਚਨ ਰਾਈਜ਼, ਹੁਣ ਇੱਥੇ ਕੁਸ਼ਚਨ ਰਾਈਜ਼ ਹੁੰਦਾ, ਸ਼ੁੱਡ ਵੀ ਯੂਜ਼ ਦੀ ਵਰਡ ਇੰਟੈਲੀਜੈਂਸ, ਕੀ ਆਪਾਂ ਯੂਜ਼ ਕਰ ਸਕਦੇ ਹਾਂ ਜੀ ਇਹ ਵਰਡ ਇੰਟੈਲੀਜੈਂਸ ਸਿਆਣਾ, ਟੂ ਡਿਸਕ੍ਰਾਈਬ ਆਲ ਵੈਲਿਊ ਸਕਿੱਲਸ ਲਾਈਕ ਡੂਇੰਗ ਕੈਲਕੂਲਸ, ਕਿ ਜੀ ਇਹ ਕੈਲਕੂਲਸ ਕਾਹਦਾ ਜੀ, ਇੰਟੀਗ੍ਰੇਸ਼ਨ ਹੋ ਗਿਆ ਜੀ, ਫੋਰੀਅਰ ਹੋ ਗਿਆ ਜੀ, ਲੋਗਰਿਥਮਿਕ ਹੋ ਗਿਆ ਜੀ, ਯੂਲਰ ਇਕੁਏਸ਼ਨ ਹੋ ਗਿਆ, ਜਿਨ੍ਹਾਂ ਨੇ BSc ਵਗੈਰਾ ਕੀਤੀ ਉਹਨਾਂ ਨੂੰ ਪਤਾ ਹੋਏਗਾ,
ਸਪੀਕਿੰਗ ਆਫ ਸਿਕਸ ਡਿਫਰੈਂਟ ਲੈਂਗੁਏਜ ਕਿ 6 ਭਾਸ਼ਾ ਜਾਣਦੇ, ਮੈਂ ਤੁਹਾਨੂੰ ਆਰਿਫ ਮੁਹੰਮਦ ਖਾਨ ਜੀ ਦੀ ਗੱਲ ਕੀਤੀ ਸੀ ਜਾਂ ਰਾਮ ਭਦਰਾਚਾਰੇ ਦੀ ਗੱਲ ਕੀਤੀ ਸੀ, ਉਹ 22 ਭਾਸ਼ਾ ਬੋਲਦੇ ਆ ਲੇਕਿਨ ਉਹ ਅੱਖਾਂ ਤੋਂ ਨਹੀਂ ਦੇਖ ਸਕਦੇ। ਆਰਿਫ ਮੁਹੰਮਦ ਖਾਨ ਜੀ ਕੇਰਲਾ ਦੇ ਗਵਰਨਰ ਨੇ ਜੀ, ਅਤੇ ਆਰਿਫ ਜੀ ਜਿਹੜੇ ਹੈਗੇ ਉਹ ਸੰਸਕ੍ਰਿਤ ਭਾਸ਼ਾ ਦਾ ਗਿਆਨ ਵੀ ਰੱਖਦੇ ਆ। ਹੁਣ ਆਪਾਂ ਕੀ ਕਹਾਂਗੇ, ਬੀਇੰਗ ਏਬਲ ਟੂ ਮੇਕ ਦੀ ਥਰੋ ਫਰੋਮ ਹੋਮ ਟੂ ਸੈਕਿੰਡ, ਇਫ ਵੀ ਡੂ ਦੈਨ ਗਾਰਡਨਰ ਇਜ਼ ਕਰੈਕਟ। ਪੀਪਲ ਡੂ ਹੈਵ ਮੈਨੀ ਅਨਰਿਲੇਟਡ ਕਾਇੰਡਸ ਆਫ ਇੰਟੈਲੀਜੈਂਸ, ਹਰ ਇੱਕ ਦੀ ਜਿਹੜੀ ਇੰਟੈਲੀਜੈਂਸ ਹੈ ਅਲੱਗ ਅਲੱਗ ਹੈ। ਥੋੜ੍ਹਾ ਜਿਹਾ ਆਪਾਂ ਹੋਵਰਡ ਗਾਰਡਨਰ ਦੇ ਨਾਲ ਕੀ ਹੋਣਾ ਪਊਗਾ ਜੀ, ਸਹਿਮਤ ਹੋਣਾ ਪਊਗਾ। ਨਾਓ ਵੀ ਹੈਵ ਚੇਂਜ ਦੀ ਡੈਫੀਨੇਸ਼ਨ ਆਫ ਮੀਨਿੰਗ, ਮਤਲਬ ਆਪਾਂ ਇਹਦੀ ਧਾਰਨਾ ਵੀ ਬਦਲ ਦਿੱਤੀ, ਉਹਦਾ ਅਰਥ ਵੀ ਬਦਲ ਦਿੱਤਾ ਕਿ ਜਿਹੜੀ ਇੰਟੈਲੀਜੈਂਸ ਹੈ ਉਹ ਇਕੱਲੀ ਕੈਲਕੂਲਸ ਨਾਲ ਪੇਂਟਿੰਗ ਨਾਲ ਨਹੀਂ ਜੁੜੀ ਹੋਈ, ਹੋਰ ਚੀਜ਼ਾਂ ਨਾਲ ਵੀ ਕੀ ਹੈ ਜੁੜੀ ਹੋਈ ਹੈ। ਗਾਰਡਨਰਸ ਥਿਊਰੀ ਹੈਜ਼ ਪ੍ਰੋਮਪਟਡ ਰਿਸਰਚਰ, ਮਤਲਬ ਉਹਨਾਂ ਨੂੰ ਮੋਟੀਵੇਟ ਕੀਤਾ, ਉਹਨੂੰ ਕਿਹਾ ਕਿ ਜਾਓ ਅੱਗੇ ਰਿਸਰਚ ਕਰੋ, ਦੇਖੋ ਸਮਝੋ, ਰਿਸਰਚਰ ਟੂ ਬਿਗਨ ਐਗਜ਼ਾਮਿਨਿੰਗ ਅਦਰ ਨੋਨ ਟ੍ਰਡੀਸ਼ਨਲ ਐਸਪੈਕਟ ਆਫ ਦੀ ਇੰਟੈਲੀਜੈਂਸ, ਕਿ ਹੋਰ ਚੀਜ਼ਾਂ ਵੀ ਦੇਖੋ ਕਿ ਸਿਰਫ ਧੁਰੋਂ ਚੱਲੀਆਂ ਆਈਆਂ। ਕਿ ਮੰਨ ਲਓ ਸ਼ਿਵਾ ਜੀ ਸੀਗੇ ਜੀ, ਸ਼ਿਵਾ ਜੀ ਦੇ ਬੇਟੇ ਸਾਂਬਾ ਜੀ, ਜਾਂ ਉਹਨਾਂ ਨੇ ਆਪਦੇ ਪਾਪਾ ਸ਼ਾਹ ਜੀ ਤੋਂ ਲਿਆ ਕੀ ਲਿਆ ਕਿ ਉਹ ਕਿੱਥੇ ਸੀਗੇ ਜੀ, ਉਹ ਮਿਲਟਰੀ ਕਮਾਂਡਰ ਸੀਗੇ ਜੀ, ਕਿਹੜੇ ਡੈਕਨ ਦੇ ਸਮੇਂ ਦੇ, ਅਹਿਮਦਨਗਰ ਦੇ ਅੰਦਰ, ਬੀਜਾਪੁਰ ਦੇ ਅੰਦਰ, ਜਾਂ ਜਿਹੜੀ ਡੈਕਨ ਸਲਤਨਤ ਸੀ ਉਹਦੇ ਅੰਦਰ ਮਿਲਟਰੀ ਕਮਾਂਡਰ ਸੀਗੇ, ਉਹ ਕੁਛ ਵਿਸ਼ੇਸ਼ਤਾਵਾਂ ਉਹਨਾਂ ਕੋਲ ਆ ਗਈਆਂ, ਫਿਰ ਸ਼ਿਵਾ ਜੀ ਨੇ ਅੱਗੇ ਮਤਲਬ ਅੱਗੇ ਪ੍ਰਮੋਟ ਕੀਤੀਆਂ ਨਹੀਂ ਕੀਤੀਆਂ, ਉਹ ਸਾਰੇ ਚੀਜ਼ਾਂ। ਨੋਨ ਟ੍ਰਡੀਸ਼ਨਲ ਆਸਪੈਕਟ, ਕਿ ਜੋ ਚੀਜ਼ਾਂ ਪੁਰਾਣੀਆਂ ਚੱਲੀਆਂ ਉਹਨੂੰ ਛੱਡ ਕੇ ਹੋਰ ਚੀਜ਼ਾਂ ਦੇ ਉੱਪਰ ਵੀ ਧਿਆਨ ਦਿਓ। ਰਿਸਰਚਰ ਜਿਹੜੇ ਹੋਰ ਵਿਗਿਆਨੀ ਹੈ, ਸਾਈਕੋਮੈਟ੍ਰਿਕਸਟ ਹੈ ਜਾਂ ਸਾਈਕੋ ਐਨਾਲਿਟੀਕਲ ਹੈ ਜਾਂ ਸਾਈਕੋਲੋਜਿਸਟ ਹੈ, ਇਹ ਤਿੰਨ ਚਾਰ ਦਾ ਬੈਸਟ ਨੋਨ ਇਜ਼ ਇਮੋਸ਼ਨਲ ਇੰਟੈਲੀਜੈਂਸ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਇਮੋਸ਼ਨਲ ਇੰਟੈਲੀਜੈਂਸ ਜ਼ਰੂਰੀ ਹੈ। ਹਰ ਇੱਕ ਚੀਜ਼ ਦੀ ਕੀ ਹੈ ਜੀ, ਕਦਰ ਕਰਨੀ ਚਾਹੀਦੀ ਹੈ। ਅਤੇ ਆਹ ਦੇਖੋ ਜੀ ਕਿ ਇੰਟੈਲੀਜੈਂਸ ਦਾ ਟੈਸਟ ਹੈ ਜੀ, ਇਹਨਾਂ ਨੇ ਦੇਤਾ ਜੀ, ਉਹ ਸਾਰੇ ਟੈਸਟ ਰੱਖੇ ਹੋਏ ਆ ਜੀ। ਆਈ ਡਿਡੰਟ ਹੈਵ ਏ ਨੰਬਰ ਟੂ ਪੈਨਸਿਲ, ਕਿਉਂਕਿ ਕਈ ਵਾਰ ਲਿਖਿਆ ਹੁੰਦਾ ਨਾ ਕਿ ਇਹ ਕਾਰਬਨ ਪੈਨਸਿਲ ਨਾਲ ਕਰਨਾ, ਇਹ ਉਹਦੇ ਨਾਲ ਗੋਲ ਕਰਨਾ, ਇਹਦੇ ਉਹਦੇ ਨਾਲ ਕਰਨਾ। ਸੋ ਆਈ ਯੂਜ਼ਡ ਟੂ ਨੰਬਰ ਵਨਸ, ਮੇਰੇ ਕੋਲ ਆਈ ਡਿਡੰਟ ਹੈਵ ਏ ਨੰਬਰ, ਦੋ ਨੰਬਰ ਵਾਲੀ ਪੈਨਸਿਲ ਨਹੀਂ ਹੈਗੀ, ਸੋ ਇਸ ਕਰਕੇ ਮੈਂ ਦੋ ਅਲੱਗ ਅਲੱਗ ਨੰਬਰ ਵਾਲੀ ਨੂੰ ਯੂਜ਼ ਕੀਤਾ। ਤੋ ਇਸ ਤਰੀਕੇ ਨਾਲ ਆਪਾਂ ਦੇਖ ਸਕਦੇ ਹਾਂ। ਫਿਰ ਜਿਹੜਾ ਆਪਾਂ ਅਗਲੀ ਵਾਰ ਕਰਾਂਗੇ, ਐਲਫਰਡ ਬਾਇਨਰ ਸਾਈਮਨ ਇਹਨਾਂ ਨੇ ਕੀ ਕੀਤਾ ਸੀ, ਇੱਕ ਮੈਂਟਲ ਦਾ ਟੈਸਟ ਸਾਰਿਆਂ ਨਾਲੋਂ ਪਹਿਲਾਂ ਔਰਗਨਾਈਜ਼ ਇਹਨਾਂ ਨੇ ਹੀ ਕੀਤਾ ਸੀ, ਇਹਨਾਂ ਨੂੰ ਆਪਾਂ ਨੈਕਸਟ ਕਲਾਸ ਦੇ ਵਿੱਚ ਪੜ੍ਹਾਂਗੇ, ਕਿਉਂਕਿ ਪਹਿਲਾਂ ਤੁਸੀਂ ਜਿਹੜੇ ਚਾਰ ਥਿਊਰੀਜ਼ ਹੈ ਉਹਨਾਂ ਦੇ ਬਾਰੇ ਜ਼ਰੂਰ ਜਾਣਕਾਰੀ ਲੈਣੀ ਚਾਹੀਦੀ ਹੈ। ਅੱਗੇ ਅੱਗੇ ਸਾਰੇ ਟੈਸਟ ਨੇ ਜੀ, ਆਈ ਕਿਊ ਕੀ ਹੈ, ਮੈਂਟਲ ਏਜ, ਕਰੋਨੋਲੋਜੀਕਲ, ਇਹ ਫਾਰਮੂਲਾ ਜੀ ਸੀ ਟੈਟ ਦੇ 2023 ਦੇ ਵਿੱਚ ਵੀ ਪੁੱਛਿਆ ਗਿਆ ਜੀ, ਏਜ ਵੀ ਪੁੱਛੀ ਗਿਆ, ਸਵਾਲ ਵੀ ਪੁੱਛਿਆ ਗਿਆ। ਕੋਈ ਵੀ ਪੁਰਾਣਾ ਪੇਪਰ ਚੱਕ ਕੇ ਦੇਖ ਲਓ, ਜੋ ਵੀ ਗੱਲ ਇੱਥੇ ਬੋਲੀ ਗਈ ਹੈ ਨਾ ਜੀ, ਹਰ ਇੱਕ ਚੀਜ਼ ਪੂਰੀ ਕਲੀਅਰ ਹੈ ਅਤੇ ਕ੍ਰਿਸਟਲ ਕਲੀਅਰ ਵਾਲੀ ਗੱਲ, ਅਤੇ ਜਿਹੜੀ ਤੁਸੀਂ ਪੇਪਰ ਕੋਈ ਵੀ ਚੱਕ ਕੇ ਦੇਖ ਸਕਦੇ ਹੋ। ਇਹ ਆਪਾਂ ਅਗਲੀ ਕਲਾਸ ਦੇ ਵਿੱਚ ਦੇਖਾਂਗੇ। ਮੈਂ ਤੁਹਾਨੂੰ ਦੱਸਿਆ ਕਿ ਓਵਰਵਿਊ ਇਹ ਹੈ ਸਾਰਾ ਆਪਣਾ, ਸਟੈਨਫੋਰਡ ਬਾਇਨਰ ਆਈ ਕਿਊ ਟੈਸਟ, ਟੈਸਟਿੰਗ ਕਿਵੇਂ ਹੁੰਦੀ ਹੈ, ਕੀ ਐਗਜ਼ਾਮਪਲਾਂ ਹੁੰਦੀਆਂ ਬਿਟਵੀਨ ਐਫੀਸ਼ੀਐਂਟ ਹੋਰਸ, ਇਸ ਤਰੀਕੇ ਨਾਲ। ਅਤੇ ਆਪਾਂ ਜਿਹੜਾ ਕੀਤਾ ਗਾਰਡਨ ਦਾ ਜਿਹੜਾ ਵਿਊ ਸੀਗਾ, ਉਹ ਚੀਜ਼ਾਂ ਨੂੰ ਆਪਾਂ ਦੇਖਿਆ ਜੀ, ਅਤੇ ਕਿਸ ਤਰੀਕੇ ਨਾਲ ਅਲੱਗ ਅਲੱਗ ਪੁਆਇੰਟ ਸੀਗੇ ਐਸ ਪੀ ਦੇ ਰਿਗਾਰਡਿੰਗ, ਬਰੋਡਰ ਥਿਊਰੀ ਹੋਰ ਅਲੱਗ ਤਰੀਕੇ ਨਾਲ ਬਰੋਡ ਹੋ ਗਿਆ, ਇੰਟੈਲੀਜੈਂਸ ਫਿਰੂ ਕਾਟਲ ਵਿਊ ਆ ਗਿਆ ਜੀ, ਕੈਰਲ ਦੇ ਰਿਗਾਰਡਿੰਗ ਵਿਊ ਆ ਗਿਆ, ਚਾਰਲਸ ਸਪੀਅਰਮੈਨ ਦਾ ਜਿਹੜਾ ਸੀਗਾ ਉਹ ਵਿਊ ਆ ਗਿਆ।
ਤੇ ਇਹ ਸਾਰੀਆਂ ਥਿਊਰੀਆਂ ਨੂੰ ਪਲੀਜ਼ ਇੱਕ ਵਾਰ ਰਿਵਾਈਜ਼ ਕਰ ਲਿਓ, ਫਿਰ ਆਪਾਂ ਅਗਲੇ ਪਾਰਟ ਦੇ ਵਿੱਚ ਨੈਕਸਟ ਸਟੱਡੀਜ਼ ਨੂੰ ਦੇਖਾਂਗੇ। ਫਿਰ ਆਪਾਂ ਅਲੱਗ ਅਲੱਗ ਇਹਨਾਂ ਨੂੰ ਇਕੱਠਾ ਇੱਕ ਵਾਰੀ ਰਿਵਾਈਜ਼ ਵੀ ਕਰਾਂਗੇ ਛੋਟੇ ਛੋਟੇ ਪੁਆਇੰਟ ਦੇ ਅੰਦਰ, ਕਿ ਐਕਚੁਅਲ ਦੇ ਵਿੱਚ ਡਿਫਰੈਂਸ ਵੀ ਦੇਖਣਾ ਨਾ, ਜਿਵੇਂ ਆਪਾਂ ਰਿਕਸਨ ਦਾ ਅਤੇ ਸਾਈਕੋਸੈਕਸ਼ੂਅਲ ਵਾਲਾ ਦੇਖਿਆ ਸੀਗਾ, ਯਾਦ ਭੁੱਲਿਆ ਨਾ ਕਰੋ, ਓ ਏ ਪੀ ਹੈ ਨਾ, ਏ ਜੀ, ਅਤੇ ਇਹ ਸਾਰੀਆਂ ਚੀਜ਼ਾਂ ਐਲ ਜੀ ਲਾ ਲਓ, ਐਲ ਜੀ ਠੀਕ ਹੈ, ਓ ਏ ਪੀ ਐਲ ਜੀ ਲਿਊਟਰੈਂਟ ਗਵਰਨਰ ਸੀਗੇ, ਜਾਂ ਫਿਰ ਆਪਾਂ ਐਰਿਕਸਨ ਦੇ ਜਿਹੜੇ ਮਿਸਟਰਸਟ ਵਾਲੀ ਸਟੇਜ ਦੀ ਆਪਾਂ ਦੇਖਿਆ, ਜੋ ਓਰਲ ਐਨਲ ਫੈਲਿਕ ਲੇਟੈਂਸੀ ਐਂਡ ਜੈਂਟਲ ਸਟੇਜ, ਇਸ ਤਰੀਕੇ ਨਾਲ ਜਿਹੜੇ ਆਪਾਂ ਪੁਆਇੰਟਸ ਹੈ ਉਹਨਾਂ ਨੂੰ ਪਲੀਜ਼ ਆਪਾਂ ਦੇਖਣਾ ਹੈ ਕਿ ਕਿਸ ਤਰੀਕੇ ਨਾਲ ਇਹ ਸਾਰੀਆਂ ਚੀਜ਼ਾਂ ਕਨਵਰਟ ਹੁੰਦੀਆਂ। ਤਾਂ ਆਪਾਂ ਅਗਲੀ ਕਲਾਸ ਦੇ ਵਿੱਚ ਮਿਲਾਂਗੇ, ਉਮੀਦ ਹੈ ਤੁਸੀਂ ਆਪਣੇ ਪਰਿਵਾਰ ਦਾ ਅਤੇ ਆਪਣਾ ਵਧੀਆ ਤਰੀਕੇ ਨਾਲ ਖਿਆਲ ਰੱਖੋਗੇ, ਆਪਣੀ ਸਿਹਤ ਦਾ ਵੀ ਅਤੇ ਆਪਣੀ ਪੜ੍ਹਾਈ ਦਾ ਵੀ, ਅਤੇ ਆਪਾਂ ਅਗਲੀ ਕਲਾਸ ਦੇ ਵਿੱਚ ਮਿਲਦੇ ਹਾਂ। ਥੈਂਕ ਯੂ ਸੋ ਵੈਰੀ ਮੱਚ, ਗੋਡ ਬਲੈਸ ਯੂ ਆਲ ਜੀ, ਡੂ ਪੋਜ਼ਿਟਿਵ ਸਟੱਡੀ।